ਤਕਰੀਬਨ ਕੱਲਾ ਦਾ ਤੇ ਭਿੰਡਰਾਂ ਦਾ ਮੈਚ ਬਹੁਤ ਔਰਦਾ ਸੀ। ਭਿੰਡਰਾਂ ਦਾ ਤੇ ਸਾਡਾ ਮੈਚ ਬਹੁਤ ਔਰਦਾ। ਕੱਲਾ ਨਾਲ ਤੇ ਡੰਡਿਆਂ ਨਾਲ ਬਹੁਤ ਮੈਚ ਤਕੜਾ ਹੁੰਦਾ ਸੀ। ਫਿਰ ਮੈਂ ਕਿਦੋਂ ਆਇਆ ਜੇਲ੍ਹ ਤੋਂ ਜ਼ਮਾਨਤ ਹੋ ਗਈ ਮੇਰੀ। ਜੇਲ੍ਹ ਤੋਂ ਆਣ ਕੇ ਮੈਂ ਤੀਜੇ ਦਿਨ ਹੀ ਜਾ ਕੇ ਕੱਲੀ ਮੈਚ ਖੇਡਣੀ ਜੀ ਸੀ। ਹਾਂਜੀ 84 ਚ। ਕਿਹੜੀ ਮੇਰੀ ਫੋਟੋ ਵੀ ਹੈਗੀ ਐ ਤੁਹਾਨੂੰ ਦਿਖਾਈ ਜੀ। ਸਾਫਾ ਜਾਂ ਬੱਦਾਂ ਸਰ ਤੇ ਕਾਲਾ ਕੁਰਤਾ ਪਜਾਮ ਮੈਨੂੰ ਆਦੇ। ਇਹ ਖੇਡ ਕੇ ਆਏ ਸੀ ਜਲੰਧਰੋਂ। ਇਆਂ ਦੇ ਵੀ ਅਜੇ ਤਾਂ ਥੱਕੇ ਬਹੁਤ ਆ। ਤੇਰੇ ਤੇ ਹੀ ਆ ਕੰਮ। ਅੱਜ ਪਤਾ ਲੱਗੂਗਾ ਕਿਦਾ ਤੈਨੂੰ ਕਿਉਂ ਖੁੰਦਈ ਸੀ ਮੈਂ ਕਿਹਾ ਗੱਲ ਹੀ ਕੋਈ ਨਹੀਂ ਕੱਲਾ ਹੀ ਬਹੁਤ ਉਦੋਂ ਐਂ ਹੁੰਦੀ ਸੀ ਵੀ ਗਰਾਊਂਡ ਦੇ ਵਿੱਚ ਕਦੋਂ ਖੇਡਦੇ ਆ ਉਦੋਂ ਤਾਂ ਐਂ ਹੁੰਦਾ ਸੀ ਵੀ ਯਾਰ ਇੱਕ ਦੂਜੇ ਨਾਲ ਲੜਨਗੇ ਤੇ ਕਦੋਂ ਮੈਚ ਖੇਡ ਕੇ ਹਟ ਗਏ ਜਾਂ ਚਾਹ ਹਾਰ ਗਏ ਜਾਂ ਜਿੱਤ ਗਏ ਐਂ ਨਹੀਂ ਛੁੱਟਦੀ ਦਿਮਾਗ ਚ ਯਾਰ ਆਪਾਂ ਕਾਹ ਤੋਂ ਹਾਰ ਗਏ ਇਹ ਕਿਉਂ ਜਿੱਤ ਗਏ ਨਾ ਉਵੇਂ ਪਿਆਰ ਹੁੰਦਾ ਈ ਪੂਰਾ ਸਾਰੇ ਬੰਦੇ ਪੂਰੇ ਮਿਲਦੇ ਵਾਰਸੇ ਆ ਸਕਿਓ ਉੱਡ ਕੇ ਮਿਲਣਾ ਤੇ ਤੁਸੀਂ ਕਬੱਡੀ ਚੋਂ ਨਾਮ ਕਮਾਇਆ ਕਿ ਪੈਸਾ ਕਮਾਇਆ ਉਦੋਂ ਜੀ ਅਸੀਂ ਖੰਡ ਮਿਲ ਦੇ ਵਿੱਚ ਤਕਰੀਬਨ ਖਾਲੀ ਵੀ ਸੀ ਤੇ ਡਾਲੇ ਤੋਂ ਅਸੀਂ ਮੁੰਡੇ ਰਾਦੇ ਹੋਣੀ ਖੋਨੇ ਹੋਣੀ ਅਸੀਂ ਇਕੱਠੇ ਜੇ ਹੋਏ ਸੀ ਕਿ ਉੱਥੇ ਸਮੁੱਚੇ ਕਬੱਡੀ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਅੱਜ ਮੁਲਾਕਾਤ ਕਰਾਂਗੇ ਖੰਡ ਮਿਲ ਜੀਰਾ ਦੇ ਕਬੱਡੀ ਜਾਫੀ ਜਿਨ੍ਹਾਂ ਨੇ ਆਪਣੇ ਪਿੰਡ ਚੜਿੱਕ ਦੀ ਟੀਮ ਵੱਲੋਂ ਵੀ ਤਕੜੀ ਕਬੱਡੀ ਖੇਡੀ ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਪ੍ਰਸਿੱਧ ਕੋਚ ਮੱਖਣ ਡੀਪੀ ਚੜਿੱਕ ਦੇ ਨਾਲ ਮਿਲ ਕੇ ਉਹਨਾਂ ਦੇ ਮੇਨ ਜਾਫੀਆਂ ਦੇ ਵਿੱਚ ਚਰਨੀ ਚੜਿੱਕ ਜੀ ਦਾ ਨਾਮ ਆਉਂਦਾ ਏ ਜਿਨ੍ਹਾਂ ਨੇ ਲੰਮਾ ਸਮਾਂ ਕਬੱਡੀ ਖੇਡੀ ਤੇ ਲੰਮਾ ਸਮਾਂ ਕਬੱਡੀ ਜਿੱਤੀ ਭਾਵੇਂ ਕਿ ਸੋਸ਼ਲ ਮੀਡੀਆ ਤੋਂ ਦੂਰ ਨੇ ਉਹ ਕਿਉਂਕਿ ਉਹਨਾਂ ਨੇ ਉਸ ਸਮੇਂ ਦੇ ਵਿੱਚ ਕਬੱਡੀ ਖੇਡੀ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਜਦੋਂ ਅਕਸਰ ਖੁੰਡ ਚਰਚਾ ਹੁੰਦੀ ਸੀ ਤੇ ਅਸੀਂ ਖੁੰਡ ਚਰਚਾ ਕਰਨ ਦੇ ਲਈ ਪਿੰਡ ਚੜਿੱਕ ਦੀ ਝੰਡਾ ਪੱਤੀ ਦੇ ਵਿੱਚ ਬੈਠੇ ਅੱਜ ਅੱਜ ਚਰਨੀ ਚੜਿੱਕ ਜਿਨ੍ਹਾਂ ਉਹਦੀ ਜੀਵਨੀ ਬਾਰੇ ਖੇਡ ਕਬੱਡੀ ਬਾਰੇ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਆਪਣਾ ਨਵੀ ਮਾਨ ਸਿੰਘ ਡੀਪੀਡੀ ਟੈਲੀਵਿਜ਼ਨ ਤੇ પ્રસિદ્ધ કબડ્ડી જાફી ચરની ચડેકજી ਦਾ સ્વાગત કરਦਾ ਸਤਿ ਸ੍ਰੀ ਅਕਾਲ ਜੀ ਸასი ਕਲ ਕੀ ਹਾਲ ਚਾਲ ਨੇ ਜੀ ਠੀਕ ਠਾਕ ਹੈ ਜੀ ਵਧੀਆ ਗੁੱਡ ਹੈ ਵਧੀਆ ਗੋੜਾ ਵੱਲੇ ਵੱਲੇ ਹਾਂਜੀ ਸ਼ੁਰੂਆਤ ਹੀ ਬੜੀ ਗੁੱਡ ਤੋਂ ਹੋਈ ਹੈਗੀ ਤੇ ਮੈਂ ਗੱਲ ਕਹਿਣੀ ਚਾਹਣਾ ਤੁਹਾਡਾ ਪਿੰਡ ਬੜਾ ਸੋਹਣਾ ਅੱਜ ਝੰਡਾ ਪੱਤੀ ਦੇ ਵਿੱਚ ਬੈਠੇ ਆਂ ਬੜੀ ਸੁਣੀ ਧਰਮਸਾਲਾ ਸੰਭੀ ਵੀ ਆ ਪਿੰਡ ਦੇ ਵਿੱਚ ਜੀ ਇਹ ਤਾਂ तकरीबन ਕਿੰਨੇ ਵੀ ਇੱਥੇ ਆਲੇ ਦਾਲੇ ਦੇ ਬੰਦੇ ਆ ਪ੍ਰੇਮੀ ਸਾਰੇ ਬਹੁਤ ਵਧੀਆ ਮਤਲਬ ਇੱਕ ਦੂਜੇ ਨਾਲ ਪਿਆਰ ਰੱਖਦੇ ਆ ਸਾਂਝੀਆਂ ਜਗ੍ਹਾ ਨੂੰ ਸਮਾਰ ਕੇ ਰੱਖਦੇ ਆ ਜੀ ਬੈਸੇ ਅਸੀਂ ਅਕਸਰ ਲੋਕੇਸ਼ਨਾਂ ਲੱਭਦੇ ਨੇ ਇੰਟਰਵਿਊ ਕਰਨ ਦੇ ਲਈ ਬੋੜਾਂ ਪਿੰਪਲਾਂ ਵਾਲਿਆਂ ਤੁਹਾਡੇ ਪਿੰਡ ਦੇ ਵਿੱਚ ਕਾਫੀ ਇਸ ਤਰ੍ਹਾਂ ਦੇ ਲੋਕੇਸ਼ਨਾਂ ਬਹੁਤ ਜ਼ਿਆਦਾ ਲੋਕੇਸ਼ਨਾਂ ਐ ਇੱਥੇ ਵੀ ਇੱਕ ਧਰਮਾਪੱਤੀ ਚ ਐ ਇੱਕ ਫਿਰ ਸਾਡੇ ਝੰਡੇ ਕੇ ਥੜੇ ਵੱਜਦੇ ਐ ਉੱਥੇ ਵੀ ਐ ਜੀ ਯਾਨੀ ਕਿ ਸੋਹਣਾ ਪਿੰਡ ਆ ਸੋਹਣਾ ਪਿੰਡ ਆ ਜੀ ਜੀ ਕਾਫੀ ਜ਼ਿਆਦਾ ਵੋਟ ਵੀ ਆ ਪਿੰਡ ਦੀ ਹਾਂ ਵੋਟ ਵੀ ਤਕੜੀ ਐ ਜੀ ਜੀ ਤੇ ਆਪਾਂ ਕਬੱਡੀ ਦਾ ਗੱਲਬਾਤ ਕਰੀਏ ਜੀ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਤੇ ਜਿਵੇਂ ਤੁਹਾਡਾ ਨਾਮ ਚਰਨੀ ਕਰਕੇ ਕਬੱਡੀ ਦੇ ਵਿੱਚ ਜਾਣਿਆ ਗਿਆ ਹਾਂਜੀ ਹਾਂਜੀ ਤੇ ਰੀਅਲ ਨੇਮ ਕੀ ਐ ਤੁਹਾਡਾ ਜੀ ਰੀਅਲ ਨੇਮ ਮੇਰਾ ਹੈ ਤੇ ਪਿਆਰ ਨਾ ਚਰਨੀ ਕਹਿ ਸਕਦਾ ਨਹੀਂ ਮੈਂ ਵੀ ਇੰਟਰਵਿਊ ਚਰਨੀ ਕਹਿ ਸਕਦਾ ਹਾਂ ਜੀ ਹਾਂ ਜੀ ਤੁਸੀਂ ਵੀ ਕਹਿ ਸਕਦੇ ਆ ਤੇ ਚਰਨੀ ਤੁਹਾਡੀ ਕਬੱਡੀ ਖੇਡਣੀ ਸ਼ੁਰੂਆਤ ਕਿਵੇਂ ਹੋਈ ਤੇ ਕਿਹੜੇ ਸੰਤ ਤੋਂ ਕਬੱਡੀ ਖੇਡਣ ਲੱਗੇ ਜੀ ਮੈਂ ਪਹਿਲਾਂ ਸਕੂਲ ਦੇ ਵਿੱਚ ਪੜਦਾ ਹੁੰਦਾ ਸੀ ਤੇ ਪੜਦਿਆਂ ਸਾਨੂੰ ਸ਼ੌਂਕ ਹੁੰਦਾ ਸੀ ਸਕੂਲ ਸਕੂਲ ਦੀ ਵੀ ਟੀਮ ਹੁੰਦੀ ਸੀ ਸਾਡੀ ਤੇ ਫਿਰ ਹੌਲੀ-ਹੌਲੀ ਅਸੀਂ ਖੇਡਣ ਲੱਗੇ ਤਕਰੀਬਨ ਮੈਂ ਸਨ 72 ਤੋਂ ਲੱਗਿਆ ਖੇਡਣ ਛੋਟੀ ਟੀਮ ਦੇ ਵਿੱਚ ਫਿਰ ਅਸੀਂ ਹੌਲੀ-ਹੌਲੀ 55 ਕਿਲੋ 58 ਕਿਲੋ ਇਹ ਖੇਡਦੇ-ਖੇਡਦੇ ਤੇ 1 ਵਜੇ ਸਾਡਾ ਮੈਚ ਸੀਗਾ ਰਾਮਪੁਰੇ ਫੂਲ ਜੀ ਰਾਮਪੁਰੇ ਫੂਲ ਸੀਗਾ ਮੈਚ ਉਹ ਸਾਡਾ 75 ਚ ਸਾਨੂੰ 1957 ਚ ਹਾਂਜੀ ਸਾਨੂੰ 1957 ਚ ਜੀ ਤੇ ਡੀਪੀ ਸਾਹਿਬ ਵੀ ਗਿਆ ਸੀ ਟੀਪੀ ਸਾਹਿਬ ਉਹ ਤੋਂ ਖੇਡਦੇ ਹੁੰਦੇਗੇ ਪੱਤੋ ਚ ਜੀ ਜੀ ਟੀਮ ਆਪਦੀ ਪੱਤੋ ਦੀ ਬਣਾਈ ਵੀ ਸੀ ਕਬੱਡੀ ਦੀ ਵੀ ਸੀ ਛੋਟੀ ਸਕੂਲ ਦੀ ਤੇ ਉੱਥੇ ਜੀ ਅਸੀਂ ਜਿੱਤ ਗਏ ਇਹਦੀ ਟੀਮ ਨੂੰ ਫਾਈਨਲ ਮੈਚ ਜਿੱਤ ਕੇ ਉੱਥੇ ਜੀ 55 ਕਿਲੋ ਤੇ ਇਹ ਸਾਨੂੰ ਕਹਿੰਦਾ ਮੁੜ ਕੇ ਕਹਿੰਦਾ ਵੀ ਆਪਾਂ ਕਲੱਬ ਖੇਡ ਗਏ ਪਿੰਡ ਦੀ ਅਸੀਂ ਆਖਿਆ ਵੀ ਤੂੰ ਸਾਡੇ ਜੁੱਤਾਂ ਪੋਏਗਾ ਅਸੀਂ ਦੁਆਕ ਹੈ ਦੁਆਕ ਹੈ ਤੇ ਨਹੀਂ ਨਹੀਂ ਆਂਦਾ ਕੁਝ ਨਹੀਂ ਹੁੰਦਾ ਅਸੀਂ ਜੀ ਹੋ ਗਏ ਤਿਆਰ ਚਾਰਕ ਜਣੇ ਅਸੀਂ ਹੋ ਗਏ ਤੇ ਦੋ ਤਿੰਨ ਕ ਜਣੇ ਹੋਰ ਸਾਡੇ ਮੁੰਡੇ ਸੀਗੇ ਤੇ ਇਹਨੇ ਤਾਂ ਡਿਸਟ੍ਰਿਕਟ ਬੋਲਤਾ ਵੀ ਸਾਰਾ ਮਤਲਬ ਬਠਿੰਡਾ ਜ਼ਿਲ੍ਹਾ ਇੱਕ ਪਾਸੇ ਉਹ ਜੋ ਅਸੀਂ ਕੱਲੀ ਖੇਡਾਂ ਬਾਜੀ ਆਪਣਾ ਹੌਸਲੇ ਵਾਲੀ ਗੱਲ ਕਹੀ ਫਿਰਤਾ ਹਾਂਜੀ 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 ਇਹ ਅਸੀਂ ਆਖਿਆ ਤੂੰ ਸਾਡੇ ਜੁੱਤਾਂ ਪੋਏਗਾ ਕੁੱਟ ਕੁੱਟੂਗੇ ਸਾਨੂੰ ਇਹ ਸਾਰੇ ਇੰਨੇ ਤਕੜੇ ਆ ਤੂੰ ਆ ਤਸੀਂ ਆ ਦਾ ਵੇਂਦੇ ਤਾਂ ਚਾਹੋ ਤੁਸੀਂ ਇਹਨਾਂ ਨੂੰ ਗੇੜਾ ਨਹੀਂ ਖਾਣਾ ਗਾ ਢਾਈ ਰੱਖਣਾ ਅਸੀਂ ਆਖਿਆ ਤਾਂ ਆਂਗੇ ਖਨੀਕ ਗਰਾਉਂਡੋਂ ਬਾਹਰ ਕੱਢਣਗੇ ਸਾਨੂੰ ਕੁੱਟਪੜ ਜੀ ਚਲੋ ਜੀ ਅਸੀਂ ਸ਼ੁਰੂਆਤ ਕਰਤੀ ਤੇ ਅਸੀਂ ਬਠਿੰਡੇ ਦੇ ਸਾਰੇ ਮਤਲਬ ਇਲਾਕੇ ਨੂੰ ਮਰਾਜ ਵਾਲੇ ਟਾਟੇ ਉੜੀ ਇਹ ਭਾਈ ਰੂਪੇ ਵਾਲੇ ਸੀਗੇ ਬਾਲੇ ਹੋਣੀ ਇਹਨਾਂ ਨੂੰ ਅਸੀਂ ਮੈਚ ਜਿੱਤ ਕੇ ਜੀ ਉੱਥੇ ਰਾਂਪੜੇ ਮੈਚ ਜਿੱਤ ਕੇ ਤੇ ਮੁੜ ਕੇ ਸਾਨੂੰ ਆਦਾ ਮੈਂ ਤੁਹਾਨੂੰ ਛੋਟੀ ਟੀਮ ਨਹੀਂ ਕਹਿਦੇ ਹੁੰਦੇ ਨਹੀਂ ਨਾ ਹੌਸਲਾ ਹੀ ਬਣਿਆ ਹੋਵੇਗਾ ਹਾਂਜੀ 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 ਵੀ ਕਲੱਬ ਖੇਡਾਂਗੇ ਜੀ ਅਸੀਂ ਆਖਿਆ ਯਾਰ ਕਲੱਬ ਅਸੀਂ ਸਾਡਾ ਵੇਟ ਨਹੀਂ ਬੂਟ ਨਹੀਂ ਕਿੱਥੋਂ ਖੇਡਾਂਗੇ ਨਹੀਂ ਆ ਤਾਂ ਸਾਰਾ ਕੁਝ ਕਰਾਂਗੇ ਅਸੀਂ ਜੀ ਆਣ ਕੇ ਕੈਂਪ ਲਾ ਲਿਆ ਜੀ ਸਕੂਲ ਚ ਇੱਕ ਮਹੀਨਾ ਕੈਂਪ ਲਾ ਮਾ ਫਿਰ ਇਹ ਸਾਨੂੰ ਵੱਡੀ ਟੀਮ ਹੀ ਖੜਾਉਣ ਲੱਗੇ ਜਨਨ ਕਿ ਕਾ ਇਹ ਹੁੰਦਾ ਪਲੇਅਰ ਤੁਹਾਡੇ ਪਿੰਡ ਦਾ ਥੰਮ ਪਲੇਅਰ ਹੋਇਆ ਬਾਕੀ ਕਬੱਡੀ ਦਾ ਥੰਮ ਪਲੇਅਰ ਵੀ ਕਹਿ ਸਕਦੇ ਆ ਉਹਨਾਂ ਨੂੰ ਥੰਮ ਕੋਚ ਵੀ ਕਹਿ ਸਕਦੇ ਆ ਬਾਬਾ ਬੋਰਡ ਵੀ ਕਹਿ ਸਕਦੇ ਆ ਅੱਜ ਬੁਰਾ ਥੱਲੇ ਬਹਿ ਕੇ ਬੁਰਾਂ ਦੀ ਗੱਲਾਂ ਕਰ ਰਹੇ ਆ ਤੇ ਜਾਨੀ ਕਿ ਪੂਰੀ ਸਪੋਰਟ ਮਿਲੀ ਉਹਨਾਂ ਨੇ ਸਪੋਰਟ ਦਿੱਤੀ ਇਸ ਕਰਕੇ ਕਬੱਡੀ ਦੇ ਵਿੱਚ ਤੁਹਾਡਾ ਨਾਮ ਆਪ ਹੋਇਆ ਹਾਂਜੀ ਹਾਂਜੀ ਕਿਹੜੇ ਕਿਹੜੇ ਉਸ ਸਮੇਂ ਤੁਸੀਂ ਖਿਡਾਰੀ ਸਨ ਅਸੀਂ ਸੀ ਮੈਂ ਮੱਖਣ ਦੀ ਵੀ ਮੈਂ ਮਤਲਬ ਚਰਨੀ ਤੇ ਸੁਖਦੇ ਸੁਖਾ ਨਰਮਲ ਨਿਮੀ ਬਾਬਾ ਕਹਿੰਦੇ ਇਹ ਨਾਂ ਕਲਵੰਤ ਸੀ ਉਹਦਾ ਤੇ ਇੱਕ ਲੇਡੂ ਸੀ ਹਾਕਮ ਸੀ ਤੇ ਪਿੱਲਾ ਮੱਲੀ ਜੀ ਇਹ ਸੀ ਅਸੀਂ ਉਸ ਸਮੇਂ ਦੀ ਟੀਮ ਉਸ ਸਮੇਂ ਜੀ 1975 ਦੇ ਵਿੱਚ ਕਬੱਡੀ ਜਾਨੀ ਕਿ ਓਪਨ ਖੇਡਣ ਲੱਗੇ ਕਲੱਬਾਂ ਹਾਂ ਜੀ ਤੇ ਟੀਮ ਦਾ ਉਦੋਂ ਤਗੜੀ ਹੋ ਗਈ ਸੀ ਉਹਦੇ ਨਾਲ ਦੀ ਨਾਲ ਹੀ ਸਾਡੀ ਤਕਰੀਬਨ 77 'ਚ ਜਾ ਕੇ ਤਗੜੀ ਹੋ ਗਈ ਸੀ ਜੀ ਦੋ ਦੋ ਤਿੰਨ ਸਾਲ ਤਾਂ ਅਸੀਂ ਜਾਣਾ ਮੈਚ ਪਹਿਲਾਂ ਹਾਰ ਜਾਣਾ ਤੇ ਸਾਡੇ ਦਿਮਾਗ 'ਚੋਂ ਹੁੰਦੀ ਸੀ ਵੀ ਚੱਲ ਸਾਡੀ ਪ੍ਰੈਕਟਿਸ ਹਰ ਜਿੱਤ ਤਾਂ ਨਹੀਂ ਸਾਨੂੰ ਬੁਲਾਉਂਦਾ ਕੋਈ ਜਾਨ ਕੱਲ ਲਗਾ ਲਈ ਕਿ ਤੀਜੇ ਸਾਲ ਅਸੀਂ ਸੈਮੀਫਾਈਨਲ ਜਾਣ ਲੱਗੇ ਜੀ ਤੀਜੇ ਸਾਲ ਦੇ ਐਂਡ ਤੇ ਜਾ ਕੇ ਤਾਂ ਆਪਾਂ ਫਿਰ ਝੰਡਾ ਘਟਦਾ ਜੀ ਫਿਰ ਤਾਂ ਐ ਹੁੰਦਾ ਸੀਗਾ ਉਦੋਂ ਟੀਮਾਂ ਗਣਤੀ ਦੀਆਂ ਹੀ 8 ਕ ਕਿਹੜੇ ਕਿਹੜੇ ਸਨ ਜੀ ਲੰਡੇ ਸੀ ਭਿੰਡਰ ਸੀ ਕੋਲਗਾ ਕੱਲ ਸੀ ਤਲਵੰਡੀ ਭਾਈ ਸੀ ਭਾਈ ਰੂਪਾ ਸੀ ਤੇ ਡਰੋਲੀ ਭਾਈ ਸੀ ਉਹ ਇਹ ਟੀਮਾਂ ਸੀ ਜਿਹੜੇ 8-8 ਟੀਮਾਂ ਸੀ 8 ਟੀਮਾਂ ਸੀ ਬਸ ਜਿੱਥੇ ਇਹ 8 ਟੀਮਾਂ ਇਕੱਠੀਆਂ ਹੋ ਜਾਂਦੀਆਂ ਸੀ ਉਦੋਂ ਕਿਸ ਤਰ੍ਹਾਂ ਦਾ ਮੈਚ ਲੱਗਦਾ ਸੀ ਉਦੋਂ ਤਾਂ ਫਿਰ ਬਾਵਲਾ-ਬਾਵਲਾ ਹੋ ਜਾਂਦੀ ਸੀ ਹੋ ਜਾ ਜਿਕਰ ਜੀ ਫਿਰ ਕਿਸ ਤਰ੍ਹਾਂ ਦਾ ਮੈਚ ਲੱਗਦਾ ਸੀ ਕਿਹੜੀ ਟੀਮ ਦਾ ਜ਼ਿਆਦਾ ਫਸਦਾ ਸੀ ਮੈਚ ਤੇ ਮੈਚ ਉਦੋਂ ਇਉਂ ਹੁੰਦਾ ਸੀ ਜੀ ਅ ਡੋਡੀ ਨਾ ਪਲੇਅਰਾਂ ਦੇ ਉੱਤੇ ਡਿਪੈਂਡ ਹੁੰਦਾ ਸੀ ਪਲੇਅਰਾਂ ਦਾ ਕੋਈ ਕਿਸੇ ਦਾ ਕਿਸੇ ਤੇ ਦਬਾਅ ਹੁੰਦਾ ਇੱਕ ਕਿਸੇ ਤੇ ਕਿਸੇ ਤੇ ਦਬਾਅ ਹੁੰਦਾ तकरीबन ਕੱਲਾਂ ਦਾ ਤੇ ਭਿੰਡਰਾਂ ਦਾ ਮੈਚ ਬਹੁਤ ਹੱਟਦਾ ਸੀ ਭਿੰਡਰਾਂ ਦਾ ਤੇ ਸਾਡਾ ਮੈਚ ਬਹੁਤ ਹੱਟਦਾ ਸੀ ਲੰਡਾੜ ਦਾ ਲੰਡਿਆਂ ਨਾਲ ਬਹੁਤ ਮੈਚ ਤਕੜਾ ਹੁੰਦਾ ਸੀ ਲੰਡਿਆਂ ਦੀ ਵੀ ਟੀਮ ਤਕੜੀ ਸੀ ਪੂਰਨ ਮੰਦਰ ਵਰਗਾ ਭਾਈ ਆ ਪੂਰਨ ਮੰਦਰ ਹੋ ਗਿਆ ਜੀ ਤੇ ਇਹ ਡੋਲੀ ਭਾਈ ਜਗਰਿਆਲ ਹੁੰਦਾ ਸੀ ਗਰਿਆਲ ਕਾਕਾ ਉਹ ਬਹੁਤ ਤਕੜਾ ਜਾਫੀ ਸੀ ਤੇ ਉਹ ਵੀ ਬਹੁਤ ਤਕੜੀ ਗੇਮ ਖੇਡਦਾ ਸੀ ਤੇ ਉਦੋਂ ਕਿੰਨੇ ਕ ਮੇਲੇ ਖੇੜਦੇ ਤੁਸੀਂ ਯਾਨੀ ਕਿ ਉਦੋਂ ਮੇਲਿਆਂ ਦੀ ਕਬੱਡੀ ਹੁੰਦੀ ਸੀ ਜ਼ਿਆਦਾ ਜਿਵੇਂ ਕਿ ਧੰਨਾ ਸ਼ੀਰ ਹੋ ਗਿਆ ਫਫੜੇ ਹੋ ਗਿਆ ਸੇਲ ਬਰਾ ਹੋ ਗਿਆ ਉਦੋਂ ਕਿੰਨੇ ਕ ਮੇਲੇ ਖੇੜਦੇ ਸੀ ਉਦੋਂ ਅਸੀਂ ਮੇਲੇ ਤਕਰੀਬਨ 20-25 ਮੇਲੇ ਖੇੜ ਲੈਂਦੇ ਸੀ ਉਹਨਾਂ ਚ ਜਿੱਤਦੇ ਕਿੰਨੇ ਸੀ ਜਦੋਂ ਅਸੀਂ ਤਕਰੀਬਨ ਪਹਿਲਾਂ ਤਾਂ ਅ ਕਦੋਂ ਅਸੀਂ ਪੂਰੇ ਤਗੜੇ ਹੋ ਗਏ ਯਾਨੀ ਕਦੋਂ ਅਸੀਂ ਸੇਲਵਰ ਆ ਜਾਣ ਲੱਗੇ ਆ ਜੀ ਉਦੋਂ ਮੁੜ ਕੇ ਅਸੀਂ ਅੱਧਾਂ ਤੋਂ ਜ਼ਿਆਦਾ ਹੀ ਮੈਚ ਜਿੱਤ ਜਾਂਦੇ ਸੀ ਜੀ ਸਾਡੇ ਮੈਚ ਸਾਡਾ ਮੈਚ ਅਸੀਂ ਹਰਦੇ ਹੀ ਸਿਰਫ ਅ ਅੱਧੇ ਮੈਚ ਹਰਦੇ ਹੀ ਅਸੀਂ ਪਿੰਡਰਾਂ ਨੂੰ ਜੀ ਜੇ ਇੱਕ ਮੈਚ ਉਹ ਪਿੰਡਰ ਜਿੱਤ ਗਿਆ ਤੇ ਦੂਜੇ ਮੈਚ ਉਹ ਹੁੰਦਾ ਸੀ ਆਪਾਂ ਜਿੱਤਵਾ ਐਨੀ ਐਨੀ ਕਹਿ ਸਕਦੇ ਕਿ ਉਹ ਟੀਮ ਸਾਡੇ ਤੋਂ ਤਕੜੀ ਸੀ ਜਾਂ ਉਹ ਮਾੜੀ ਸੀ ਨਹੀਂ 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 ਐ ਨਹੀਂ ਕਹਿ ਸਕਦੇ ਕਿਸੇ ਉਹ ਦੂਜੀ ਦੂਜੀ ਟੀਮ ਦਾ ਦੇਖਣਾ ਅੱਜ ਫਲਾਣਾ ਬੰਦਾ ਹੈ ਨਹੀਂ ਤੇ ਰੀਡਰਾਂ ਨੇ ਕਿਹਾ ਅੱਜ ਥੋੜੇ ਗੈਲੇ ਆਵਾਂਗੇ ਕੋਦੋਂ ਉਹਨੇ ਸਹਿਰਾਨ ਕੱਢਣਾ ਕਹਣਾ ਭਾਂਚੂ ਤਾਂ ਉਹ ਫਿਰਦਾ ਸੀ ਆਏ ਹੋ ਜਾਂਦੀ ਸੀ ਜੀ ਉਸ ਸਮੇਂ ਦੇ ਤਕੜੇ ਤਕੜੇ ਕਿਹੜੇ ਖਿਡਾਰੀ ਸਨ ਜਿਨ੍ਹਾਂ ਦਾ ਮੇਨ ਖਿਡਾਰੀਆਂ ਦੇ ਵਿੱਚ ਨਾਮ ਆਉਂਦਾ ਸੀ ਲੋਕ ਗੱਲਾਂ ਕਰਦੇ ਸੀ ਯਾਰ ਆਹ ਖਿਡਾਰੀ ਇੱਥੇ ਪਹੁੰਚਿਆਗਾ ਪੂਰਾ ਮੇਲਾ ਹੀ ਬਣਾ ਕੇ ਜਾਊਗਾ ਹਾਂਜੀ ਹਾਂਜੀ ਕਿਵੇਂ ਮੰਤਰ ਹੋ ਗਿਆ ਲੰਡਿਆ ਪੂਰਨ ਹੋ ਗਿਆ ਸਿਧਾ ਹੋ ਗਿਆ ਭਿੰਡਰਾ ਵਾਲਾ ਡੀਪੀਸੀ ਤੇ ਮਤਲਬ ਹ ਕੱਲਾਂ ਵਾਲੇ ਸੀਗੇ ਘੱਕੇ ਹੋਣੀ ਸੀ ਬਲਤੇਜ ਸੀ ਬਾਕੀ ਕਲਜੀਤਾ ਸੀ ਉਤੋਂ ਕੋਕਰੀ ਦਾ ਦਰਸ਼ਨ ਸੀ ਦਰਸ਼ੀ ਸੇਵੇ ਵਾਲੇ ਦਾ ਸੀਧਾ ਸੀ ਤੇ ਕਿਵੇਂ ਆਪਣੇ ਬਲਵਿੰਦਰ ਹੁਣੀ ਲੱਕਣ ਹਾਰੇ ਬ੍ਰਾਸਪੁਰ ਦੇ ਜੀ ਬਿੰਦਰ ਬਹੁਤ ਤਕੜਾ ਸੀ ਬਿੰਦਰ ਦੇ ਨਾਲ ਲੱਕੜ ਹਰਾਮ ਦੀ ਉਹ ਤਕੜਾ ਸੀ ਉਹ ਤਾਂ ਆਏ ਹੁੰਦੀ ਸੀ ਅੱਜ ਝੋਟਿਆਂ ਦੇ ਪੇੜ ਹੋਣਗੇ ਸਾਨੂੰ ਦੇ ਪੇੜ ਹੋਣਗੇ ਫਿਰ ਕਿਹੜੇ ਮੇਲੇ ਤੇ ਜਿਆਦਾ ਇਕੱਠੀਆਂ ਟੀਮਾਂ ਹੁੰਦੀਆਂ ਸੀ ਟੀਮਾਂ ਜੀ तकरीबन ਸਾਰੀਆਂ ਤਾਂ ਦੋ ਚੋਂਕ ਮੇਲਿਆਂ ਤੇ ਹੋਈਆਂ ਇੱਕਾ ਨਹੀਂ ਤਾਂ ਸੇਲਵੜਾ ਹੋ ਗਈ ਸਾਰੀ ਇਕੱਠੇ ਹੋ ਗਈ ਹਾਂਜੀ ਇੱਕਾ ਨਹੀਂ ਅਸੀਂ ਇੱਥੇ ਗਏ ਸੀਗੇ ਆਪਣਾ ਬੰਗੇ ਪਰਾਨਾ ਤੇ ਪਹਿਲੇ ਪਾਸੇ ਆ ਪੈਂਡ ਮੱਲ ਕੇ ਜੀ ਮਾਲਕੀ ਤਕਰੀਬਨ 10 ਟੀਮਾਂ ਹੀ ਦਸਈ ਹੋ ਗਈਆਂ ਜੀ ਇਕੱਠੀਆਂ ਮਾਫਰ ਬਹੁਤ ਡਾਂ ਖੜਕੀ ਜੀ ਉੱਥੇ ਉੱਥੇ ਉਹ ਐਵੇਂ ਨਹੀਂ ਸੀ ਕੋਈ ਕਹਿਦਾ ਸੀ ਵੀ ਅੱਜ ਕੌਣ ਜਿੱਤੂਗਾ ਹਾਂਜੀ ਉਹ ਕਹਿੰਦੇ ਵੀ ਪਤਾ ਨਹੀਂ ਅੱਜ ਕਿਹੜਾ ਜਿੱਤੂਗਾ ਤੇ ਕਿਹੜੇ ਨੇ ਕੀ ਕਰਦਾ ਜੀ ਉਸ ਸਮੇ ਮਾਝੇ ਦੇ ਬਾਬਿਆਂ ਦੇ ਟੀਮਾਂ ਨਹੀਂ ਇਧਰ ਆਉਂਦੀਆਂ ਸੀ ਜਾਂ ਤੁਸੀਂ ਉਹਨਾਂ ਲਾ ਕੇ ਜਾਂਦੇ ਸੀ ਕੋਈ ਨਹੀਂ ਸ਼ੌਂਕ ਦਾ ਕਿਤੇ ਕਿਤੇ ਜਾਂਦੇ ਹੁੰਦੇ ਸੀ ਅਸੀਂ ਮਤਲਬ ਡਿਸਟ੍ਰਿਕਟ ਦੀ ਟੀਮ ਲੈ ਕੇ ਜੀ ਉਹ ਟਾਮਗਾ ਟਾਂ ਉਦੋਂ ਟਾਂਵੇਂ ਟਾਂਵੇਂ ਹੁੰਦੀ ਮੈਚ ਉਹ ਕਿਵੇਂ ਕਪੂਰਥਲਾ ਸੀ ਲੁਧਿਆਣਾ ਸੀ ਤੇ ਇੱਧਰ ਸਾਡਾ ਆਪਣਾ ਫਰੀਲ ਕੋਰਟ ਸੀ ਤੇ ਇੱਕ ਗਰਾਂਟਸਪੋਰਟ ਸੀ ਚਾਰ ਕਟੀਮਾਂ ਸੀ ਜਣੀ ਜੀ ਤੇ ਉਦੋਂ ਮੁੜ ਕੇ ਫਿਰ ਬਾਹਰ ਦੇ ਵਿੱਚ ਤਾਂ ਫਿਰ ਹੌਲੀ ਹੌਲੀ ਵਧਦਾ ਗਿਆ ਉਹ ਕਬੱਡੀ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਜਦੋਂ ਤੁਸੀਂ ਕਬੱਡੀ ਖੇਡਿਆ ਉਸ ਪੀਰੀਅਡ ਦੇ ਵਿੱਚ ਉਸ ਸਮੇਂ ਦੇ ਵਿੱਚ ਉਦੋਂ ਕਬੱਡੀ ਦਾ ਮਾਹੌਲ ਹਉ ਸੀ ਜੀ ਮਤਲਬ ਕੋਈ ਵੀ ਖੇਡਦਾ ਜਾਨ ਨਾਲ ਖੇਡਦਾ ਗਿਆ ਜੋਰ ਦਾ ਨਸ਼ਾ ਨਹੀਂ ਜੋ ਮੈਂ ਬਿਲਕੁਲ ਨਹੀਂ ਤਾਚੂ ਨਹੀਂ ਕਰਦਾ ਸੀ ਤੇ ਦੇਸੀ ਖਾਣਾ ਖਾਦੀ ਹੁੰਦੀ ਸੀ ਦੇਸੀ ਖਾਕ ਦੇ ਨਾਲ ਖੇਡਦੀ ਸੀ ਤੇ ਤੁਸੀਂ ਕਿੰਨੀ ਕੁ ਮਿਹਨਤ ਕੀਤੀ ਹੈ ਕਬੱਡੀ ਦੇ ਵਿੱਚ ਨਾਮ ਕਮਾਉਣ ਦੇ ਲਈ ਮਿਹਨਤ ਬਹੁਤ ਕੀਤੀ ਸੀ ਤੁਸੀਂ ਹਿਸਾਬ ਲਾ ਲਓ ਡੀਪੀ ਸਾਹਿਬ ਸਾਨੂੰ 2.5 2.5 ਘੰਟੇ ਪ੍ਰੈਕਟਿਸ ਲਾਉਂਦਾ ਸੀ ਕਈ ਵਾਰੀ ਡੀਬੀ ਸਾਹਿਬ ਨੇ ਨਾ ਜਾਣਾ ਤੇ ਅਸੀਂ ਪ੍ਰੈਕਟਿਸ ਲਾ ਦੇਣੀ ਅਸੀਂ ਅੱਖਣਾ ਚੱਲ ਅੱਜ ਤਾਂ ਨਹੀਂ ਆਉਂਦਾ ਤੇ ਕਦੋਂ ਅਸੀਂ ਹਟਣ ਦੀ ਚਾਰੀ ਕਰਨੀ ਚ ਉਹਦੋਂ ਨੂੰ ਇਹਨੇ ਗੇਟ ਕੋਲੇ ਜਾ ਸਰ ਕੱਢਣਾ ਅਸੀਂ ਆਖਣਾ ਆ ਕੀ ਮੌਤ ਆਪਣੀ ਕੀ ਮੌਤ ਜੀ ਫਿਰ ਡੇਢ ਘੰਟੇ ਫੇਰ ਖੇਡਣਾ ਇਹਦੇ ਨਾਲ ਕਿਉਂਕਿ ਪ੍ਰੈਕਟਿਸ ਇਹਦੀ ਪੂਰੀ ਕਰਾਉਣੀ ਤੇ ਕਿਤੇ ਨਾ ਕਿਤੇ ਫਿਰ ਜੇ ਅਸੀਂ ਇਹਨਾਂ ਗੇਲੀ ਕਰ ਜਾਂਦੇ ਫਿਰ ਤੁਹਾਨੂੰ ਖੁੱਲਦਾ ਹੀ ਬਹੁਤ ਸੀ ਬਾਹਨੇ ਦਾ ਬਾਹਰ ਕੱਢ ਲੈਣਾ ਯਾਨੀ ਕਿ ਪੂਰੀ ਘੂਰ ਸੀਗੀ ਮੈਂ ਨਾ ਪੂਰਾ ਤਾਂ ਸੱਲੀ ਕਰਾ ਦਿੰਦਾ ਸੀ ਜੀ ਤੇ ਖਰਾਕਾਂ ਦੇ ਵਿੱਚ ਕੀ ਕੁਝ ਖਾਂਦੇ ਸੀ ਕਿੰਨੀ ਖਰਾਕ ਖਾਂਦੇ ਰਹੇ ਹੋ ਖਰਾਕ ਅਸੀਂ ਕਿਉਂ ਘੂ ਖਾਂਦੇ ਸੀ ਦੁੱਧੋਂ ਕਿਉਂ ਆਂਡੇ ਮੀਟ ਕਰੋ ਪੂਰੀ ਖੁੱਲ ਸੀ ਖਰਾਕ ਕਰੋ ਖਾਣ ਦੀ ਕਬੱਡੀ ਖੇਡਣ ਦੀ ਕਬੱਡੀ ਕਹਿੰਦੇ ਵੀ ਖੇਡੋ ਖਾਓ ਕੰਨਾ ਮਰਜ ਕਰੋ ਰੋਕ ਤਾਂ ਨਹੀਂ ਸੀ ਕਬੱਡੀ ਖੇਡਣ ਦੀ ਨਾ ਕੋਈ ਰੋਕ ਨਹੀਂ ਸੀ ਉਦੋਂ ਪਰਿਵਾਰ ਦਾ ਡੈਡੀ ਹੁਣੀ ਮਗਰ ਜਾਂਦੇ ਸੀ ਸਾਡੇ ਉਦੋਂ ਪਰਿਵਾਰ ਦਾ ਨਿੱਜੀ ਕੀ ਕੰਮ ਕਰ ਸੀ ਤੁਹਾਡੇ ਜੀ ਖੇਤੀਬਾੜੀ ਤਕਰੀਬਨ ਹੀ ਸਾਦੀ ਖੇਤੀਬਾੜੀ ਵਾਲੇ ਸੀ ਬਿਨਾਂ ਡੀਪੀ ਸਾਹਿਬ ਦੇ ਜਲੇ ਖੇਤੀਬਾੜੀ ਵਾਲੇ ਪਰਿਵਾਰ ਚੋਂ ਉੱਠੇ ਹੋ ਹਾਂਜੀ ਹਾਂਜੀ ਜੀ ਕਿੰਨੇ ਕੁ ਮੁੱਲ ਦੀ ਕਬੱਡੀ ਖੇਡੀ ਆ ਤੁਸੀਂ ਤੇ ਤੁਹਾਡੀ ਟੀਮ ਨੇ ਅਸੀਂ ਤਾਂ ਜਾਣੀ ਦੀ ਕਿਵੇਂ ਕਹ ਲੂ ਵੀ 200 ਤੋਂ ਲੱਗੇ 150 ਤੋਂ ਲੱਗੇ ਜੀ 51 ਰੁਪਏ ਸਾਨੂੰ ਮਿਲੇ ਸੀ ਕਿ ਰਾਮਪੁਰੇ ਇੱਕ ਤੇ 150 ਤੋਂ ਸਾਡੇ ਟੀਕੇ ਲੱਗੇ ਇੰਨੀਆਂ ਰਗੜਾਂ ਵੱਜ ਗਈਆਂ ਘਾਲੀ ਗਰਾਊਂਡ ਸੀ ਤੇ ਤਕਰੀਬਨ ਅਸੀਂ ਸਾਡ ਪਹਿਲਾਂ ਸਾਨੂੰ 350 350 350 ਕਿਤੇ ਹੋਣਾ ਤੇ ਉੱਥੇ ਫਿਰ ਨਿਸ਼ਾਹੀ ਹੋ ਜਾਂਦੀ ਸੀ ਇੰਨੇ ਪੈਸੇ ਆ ਗਏ ਇੰਨੇ ਪੈਸੇ ਆ ਗਏ ਜੀ ਅਸੀਂ ਖੇਡੇ ਇਥੇ ਕੋ ਰੋਡੀ ਜੀ 350 ਤੋਂ 300 350 ਨੂੰ ਇੱਕ ਸਟਾਮ ਰਸਤਾ ਉਹਨਾਂ ਨੇ ਪਿੰਡਰਾ ਚ ਲੰਡੇਆਲਾ ਮੰਦਿਰ ਖੇਡਦਾ ਹੀ ਗਿਆ ਤੇ ਸਾਡੇ ਚ ਕੋਈ ਵੀ ਨਹੀਂ ਸੀ ਅਸੀਂ ਕੋਲਗੜ੍ਹੇ ਬਲਦੇਵ ਨੂੰ ਕਿਹਾ ਉਹ ਨਾ ਗਿਆ ਢਾਡੀ ਨੂੰ ਕਿਹਾ ਉਹ ਨਾ ਗਿਆ ਨਾ ਤਾਂ ਕੱਲਾ ਨੇ ਟੀਮ ਪਾਈ ਨਾ ਪਿੰਡਰਾ ਨੇ ਉਹਨਾਂ ਨੇ ਲੰਡੇਆ ਨੇ ਪਾਈ ਬਸ ਫਿਰ ਸਾਡਾ ਤੇ ਪਿੰਡਰਾ ਦਾ ਮੈਚ ਹੋਇਆ ਜੀ ਅਸੀਂ ਡੇਮਰੂ ਵਾਲਾ ਬਿੱਕਰ ਖੜਾ ਲਿਆ 62 ਕਿਲੋ ਦਾ ਮੁੰਡਾ ਜੀ ਡੀਪੀ ਆਂ ਦਾ ਵੀ ਮੈਨੂੰ ਸਾਰੀਆਂ ਨਹੀਂ ਪਾਉਣ ਦੇਣੀਆਂ ਉਹਨਾਂ ਨੇ ਤੇ ਸਾਰੀਆਂ ਪਾਉਂਦੇ ਤੈਨ ਦੇ ਦੇਣਗੇ ਤਾਂ ਮੈਂ ਫੇਰ ਤਾਂ ਇਕੱਲਾ ਹੀ ਠੀਕ ਆ ਤੇ ਐਸੇ ਆ ਕਿ ਚਲ ਕਰਦੇ ਆ ਕੋਈ ਹੱਲ ਇਹ ਬਿੱਕਰ ਨੂੰ ਲੈ ਲੈਣਾ ਡੀਪੀ ਸਾਹਿਬ ਪਹਿਲੇ ਦੋ ਹੱਥ ਗਿਆ ਦੋ ਆ ਜੀ ਢਾ ਲਿਆ ਉਹਨਾਂ ਦੇ ਇਹ ਸੀੜਾ ਤੇ ਮੰਦਰਾ ਇਹ ਦੋਨੋਂ ਢਾ ਲੇ ਜੀ ਬਰਾਬਰੀ 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 ਚਲਾ ਸਕਦਾ ਬਰਾਬਰੀ ਚਲਾ ਸਕਦਾ ਕੰਮ ਜੀ ਸਾਡਾ ਬਿਕਰ ਗਿਆ ਤੇ ਪੁਆਇੰਟ ਦੇ ਆ ਤੇ ਮੈਂ ਕਿਵੇਂ ਹੌਸਲਾ ਹੁੰਦਾ ਤੇ ਮੈਂ ਬੁੜਕ ਕੇ ਛਾਲ ਮਾਰੀ ਮੈਂ ਤਾਂ ਹੋਣ ਨਹੀਂ ਆਦੀ ਕਿਉਂ ਜੀ ਮੈਨੂੰ ਮੈਂ ਤਾਂ ਇਹਨੇ ਬਿਕਰਨੇ ਚੁਰ ਪੈਣਾ ਚਾਰ ਪੁਆਇੰਟ ਲਿਆ ਤਾਂ ਮੱਖਾ ਭਜਤ ਜੀ ਕਿਉਂਕਿ 8-10 ਜੱਫੇ ਸਾਡੇ ਪੱਕੇ ਹੁੰਦੇ ਸੀ ਇੰਨੀ ਤਕੜੀ ਟੀਮ ਨੂੰ ਇੰਨੀ ਤਕੜੀ ਟੀਮ ਨੂੰ 8 ਜੱਫੇ ਤਾਂ ਜੀ ਆਉਂਦੀ ਸੀ ਵੀ ਕਿਹੜੀ ਤੀਜੀ ਡੇਡ ਹੁੰਦੀ ਸਾਡੀ ਮੈਸ ਉਹ ਲਾਉਣੀ ਲਾਉਣੀ ਹੁੰਦੀ ਸੀ ਜੇ ਮੈਂ ਸੁਣਿਆ ਡੀਪੀ ਸਾਹਿਬ ਨੂੰ ਜੱਫਾ ਬਹੁਤ ਘੱਟ ਪੈਂਦਾ ਸੀ ਬਹੁਤ ਘੱਟ ਬਹੁਤ ਹੀ ਘੱਟ ਕਦੇ-ਕਦੇ ਕੁੱਤੇ-ਕੁੱਤੇ ਪੈਂਦਾ ਹੀ ਜੀ ਜਦੋਂ ਜੱਫਾ ਪੈ ਗਿਆ ਤਾਂ ਮੇਰੇ ਲੱਗਦਾ ਹਰਨ ਦੇ ਚਾਂਸ ਵੀ ਰਹਿੰਦੇ ਸੀਗੇ ਸਾਨੂੰ ਐਂ ਹੁੰਦਾ ਸੀ ਵੀ ਆ ਇੱਕ ਜੱਫਾ ਖਾ ਗਏ ਹੁਣ ਨਹੀਂ ਜੱਫਾ ਕਾਉਂਗੇ ਅਸੀਂ ਬਰਾਬਰ ਜੱਫੇ ਪਾਉਦਾਂਗੇ ਜੀ ਅਸੀਂ ਸਾਡੇ ਚ ਇੱਕ ਸਪਿਰਟ ਸੀ ਡੀਪੀ ਸਾਹਿਬ ਨੂੰ ਜੱਫਾ ਲੱਗਾ ਤਾਂ ਅਸੀਂ ਬਰਾਬਰ ਜੱਫਾ ਲਾ ਦਾਂ ਸਾਡੇ ਦੂਜੇ ਰੈਡ ਨੂੰ ਵੀ ਜੱਫਾ ਲੱਗਾ ਤੇ ਅਸੀਂ ਬਰਾਬਰ ਜੱਫਾ ਲਾਉਣਾ ਲਾਉਣਾ ਹੀ ਲਾਉਣਾ ਤੇ ਡੀਪੀ ਸਾਹਿਬ ਨੇ ਗੱਲ ਸੁਣਾਈ ਸੀ ਕਹਿੰਦੇ ਕਿ ਉਦੋਂ ਲੋਕ ਕਲਾਕਾਰਾਂ ਦੀ ਕਲਾਕਾਰੀ ਪ੍ਰੋਗਰਾਮ ਛੱਡ ਕੇ ਸੱਡਾ ਮੈਚ ਜਿਆਦਾ ਦੇਖਦੇ ਸੀ ਤੇ ਆਈ ਕਿਵੇਂ ਇੱਥੇ ਧੰਸਾਲਾ ਹੋਵੇ ਤੇ ਇਥੋਂ ਜਣੀ ਜੱਦੇ ਇੱਕ ਕਿੱਲੇ ਤੇ ਗਰਾਊਂਡ ਸੀ ਤੇ ਮਹੰਦਸ ਸਰੀਕ ਲੱਗਾ ਸੀ ਕਿੰਨੀ ਜਨਤਾ ਸੀ ਮਹੰਦਸ ਸਰੀਕ ਕੋਲੇ ਨਹੀਂ ਕੋਈ ਖੜੇ ਆਂਦੇ ਪਿੰਡਾਂ ਦਾ ਸੀ ਚੜੱਕ ਦਾ ਮੈਚ ਆ ਉਹ ਵੇਖੇ ਜੀ ਸਰੀਕ ਨੇ ਬੋਲਤਾ ਸੀਗਾ ਵੀ ਮੈਂ ਪਹਿਲਾਂ ਆਇਆ ਕਰੋ ਤੁਸੀਂ ਮੈਚ ਵੇਖ ਲਓ ਆਪਾਂ ਫੇਰ ਗਾਵਾਂਗੇ ਜੀ ਅਸੀਂ ਵੀ ਮੈਚ ਵੇਖਨੇ ਆ ਜੀ ਇੱਥੋਂ ਤਾਂ ਹੀ ਸੀ ਲੋਕਾਂ ਨੂੰ ਇਸ ਤਰ੍ਹਾਂ ਦਾ ਜੀ ਕਿਤੇ ਭਿੰਡਰਾ ਦਾ ਤੇ ਚਿਰਕ ਦਾ ਮੈਚ ਹੋਣਾ ਜਾਂ ਲੰਡਿਆਂ ਦਾ ਤੇ ਹੋਣਾ ਜਾਂ ਘੱਲਾਂ ਦਾ ਹੋਣਾ ਲੋਕ ਭੈ ਗੁੱਡੇ ਨੂੰ ਟਿਕ ਜਾਂਦੇ ਸੀ ਕਹਿੰਦੇ ਵੀ ਅੱਜ ਆਊਗਾ ਸਵਾਦ ਹਿਲਦੇ ਨਹੀਂ ਸੀਗੇ ਨਾ ਨਾ ਜੀ ਭਿੰਡਰਾ ਦਾ ਮੇਲਾ ਨਹੀਂ ਖੇਡਿਆ ਤੁਸੀਂ ਜੀ ਬਹੁਤ ਖੇਡੇ ਭਿੰਡਰਾ ਦੇ ਮੇਲੇ ਬਹੁਤ ਜਿੱਤੇ ਵੀ ਭਿੰਡਰਾ ਤੋਂ ਹਾਂ ਜਿੱਤੇ ਜੀ ਅਸੀਂ ਤਕਰੀਬਨ ਭਿੰਡਰਾ ਤੋਂ ਜਿੱਤੇ ਆਏ 4 ਵਜੇ ਹੋਰ ਕਿਹੜੇ ਕਿਹੜੇ ਮੇਲੇ ਲਗਾਤਾਰ ਜਿੱਤੇ ਆ ਲਗਾਤਾਰ ਅਸੀਂ 77 ਤੋਂ ਲੈ ਕੇ 86 88 ਤਾਈਂ ਸੇਲ ਬਣਾ ਲਗਾਤਾਰ ਖਰੇ ਨਹੀਂ ਉਸ ਜੇਦ ਹੀ ਨੇ ਜੀ ਸਾਡੀਆਂ ਦੋ ਟੀਮਾਂ ਬਣ ਗਈਆਂ ਸਰ ਮੈਂ ਮੁੜ ਕੇ ਸੱਚ ਕਿਵੇਂ ਦੀ ਦੋ ਟੀਮਾਂ ਅਸੀਂ ਮੜੀ ਜੀ ਗੱਲ ਤੇ ਗੁੱਸੇ ਹੋ ਗਏ ਡੀਪੀ ਸਾਹਿਬ ਦੇ ਨਾਲ ਡੀਪੀ ਸਾਹਿਬ ਨੇ ਐਡ ਬਣਾ ਲਈ ਮੈਂ ਐਡ ਬਣਾ ਲਈ ਤੇ ਪ੍ਰੈਕਟਿਸ ਕਰਦੇ ਹੁੰਦੇ ਸੀ ਕੋਚ ਡੀਪੀ ਸਾਹਿਬ ਨੇ ਅਖਰਾ ਸੇਲਵੜਾ ਦੀ ਪ੍ਰੈਕਟਿਸ ਚੱਲਦੀ ਆ ਅਸੀਂ ਅਖਰਾ ਹਾਂ ਉਤੋਂ ਦੀ ਚੱਲਦੀ ਹੈ ਮੈਚ ਪਹਿਲਾਂ ਉਹ ਹੁੰਦਾ ਉਦੋਂ ਬਾਅਦ ਤਾਂ ਨਹੀਂ ਸੀ ਚੱਲਦਾ ਹੁੰਦਾ ਫਿਰ ਪਿੰਡ ਰਾਵਾਂ ਹੁੰਦਾ ਅਸੀਂ ਜੇ ਉੱਥੇ ਇਕੱਠੇ ਹੋ ਗਏ ਪਿੰਡਾ ਤੇ ਸੇਲਵੜਾ ਤਕਰੀਬਨ ਸਾਡਾ ਸਾਰਾ ਹੀ ਪਿੰਡ ਗਿਆ ਵੈ ਅੱਧਾ ਪਿੰਡ ਉਹਨਾਂ ਨਾਲ ਅੱਧਾ ਸਾਡੇ ਨਾਲ ਅਸੀਂ ਉਹਨਾਂ ਨੂੰ ਕਹੇ ਸਾਡਾ ਮੈਚ ਕਰਾ ਦੋ ਦੋਨਾਂ ਟੀਮਾਂ ਦਾ ਤੇ ਮੁੜ ਕੇ ਕਿਹੜਾ ਜਿੱਤ ਗਿਆ ਉਹ ਕਿਹਦੀ ਜੌਦੂ ਦਾ ਵੇਖਣਾ ਤਾਂ ਵੇਖ ਨੂੰ ਨਹੀਂ ਕਰ ਨੂੰੜ ਜੂ ਹਾਂਜੀ ਉਹ ਕਹਿੰਦੇ ਨਹੀਂ ਆਏ ਫਿਰ ਡੀਪੀ ਸਾਹਿਬ ਨੂੰ ਕਹਿੰਦੇ ਵੀ ਕਿਵੇਂ ਕਰਗੇ ਫਿਰ ਡੀਪੀ ਸਾਹਿਬ ਨੇ ਟੀਮਾਂ ਸ਼ਾਨਦਗ ਸਾਡੇ ਚ ਕਰ ਤੇ ਘੱਲ ਖੋਲੋ ਸੈਦੋ ਹੋਰ ਸਾਰੀਆਂ ਤਕੜੀਆਂ ਟੀਮਾਂ ਸਾਰੀਆਂ ਹੀ ਕਰਤ ਨੇ ਪੂਲ ਸਿਸਟਮ ਸੀ ਪੂਲ ਸੈਟ ਸੀ ਜੀ ਇੱਧਰ ਆ ਗਏ ਇਹਦੇ ਨਾਲ ਸੀਗਾ ਭਾਈ ਰੂਪਾ ਬਗਰਾੜੀ ਤੇ ਇੱਕ ਇੱਕ ਟੋਪੀ ਮਾ ਹੋਰ ਸੀ ਤੇ ਕਰ ਕਰਾ ਕੇ ਜੀ ਅਸੀਂ ਸੈਮੀ ਫਾਈਨਲ ਮੈਚ ਸਾਡਾ ਕੱਲਾਣਾ ਜੀ ਅਸੀਂ ਕੱਲਾਣਾ ਨੂੰ ਕਹਿਆ ਯਾਰ ਅਸੀਂ ਡੀਪੀ ਸਾਹਿਬ ਨਾਲ ਮੈਚ ਵੇਖਣਾ ਤੇ ਸਾਨੂੰ ਮੈਚ ਛੱਡ ਦੋ ਛੜਾਇਆ ਮੈਚ ਨਹੀਂ ਛੱਡਿਆ ਨਹੀਂ ਉਹਨਾਂ ਨੇ ਹਾਂਜੀ ਆਂਦੇ ਅਸੀਂ ਆਪ ਵੇਖਣਾ ਮੈਂ ਕਿਹਾ ਵੀ ਚੱਲ ਠੀਕ ਫੇਰ ਤਾਂ ਸਾਨੂੰ ਆਦੇ ਵੀ ਕਿਤੇ ਹਫਟਾ ਵਿੱਚ ਪੁਆਇੰਟ ਵਧ ਹੋਏ ਉਹ ਦੂਜਾ ਛੱਡ ਦੂ ਕਿਤੇ ਵੱਧ ਹੋਇਆ ਖੇਡ ਲੂ ਅੱਛਾ ਕਿ ਤੁਹਾਡੀ ਖੁਸ਼ੀ ਹੈ ਚੱਕ ਮਰਜ਼ੀ ਕਰ ਲੀ ਮੈਂ ਆਪਦੇ ਰੇਡਰਾਂ ਨੂੰ ਕਿਹਾ ਹਾਕਮ ਨੂੰ ਤੇ ਰਾਜਾ ਮੱਲੀ ਹੁੰਦਾ ਸੀ ਸਾਡੇ ਚ ਮੈਂ ਖੈਲਾ ਭਗਤੋ ਧੂਵ ਰਾਦੇ ਹੋ ਫੜ ਕੇ ਮੈਚ ਕੁੱਟ ਕੇ ਜਿੱਤਣਾ ਜੀ ਐਵੇਂ ਨਹੀਂ ਜਿੱਤਣਾ ਆਪਾਂ ਕਹਿੰਦੇ ਇਹਨੇ ਛੜਾਲ ਗੇ ਛੜਣਾ ਨਹੀਂ ਹੋਣਾ ਤੇ ਨਾ ਛੜਾਉਣਾ ਆਇਆ ਆਫ ਟਾਈਮ ਹੋ ਗਈ ਆਫ ਟਾਈਮ ਤੇ ਸਾਢੇ 4 ਪੁਆਇੰਟ ਸਾਡੇ ਉੱਤੇ ਤੇ ਅਸੀਂ ਉਹਨਾਂ ਨੇ ਚੱਤ ਸੀ ਵੀ ਇਹ ਕਹਿਣ ਕੇ ਸਾਨੂੰ ਵੀ ਛੱਡ ਦਿਓ ਅਸੀਂ ਅਖਰ ਤੂੰ ਕਾਹਦਾ ਕਹਿਣਾ ਸਰ ਅਸੀਂ ਹੁਣ ਤਾਂ ਜਿੱਤ ਜਾਣਾ ਹੀ ਆ ਤੁਹਾਨੂੰ ਹਾਂਜੀ ਮਾਤੋਂ ਬਾਅਦ ਅਸੀਂ ਟੀਪੀ ਦਾਮ ਨੂੰ ਖਰਜਾਂਗੇ ਪਰ ਤੁਹਾਨੂੰ ਐ ਵੀ ਟੀਪ ਦਾਮ ਨੂੰ ਅਸੀਂ ਅਰ ਦੇਣੀ ਕਿਉਂ ਜੀ ਸਾਡੇ ਰੇਡਰ ਬਾਹਲੇ ਸੱਕੜੇ ਸੀ ਅਸੀਂ ਟੀਪੀ ਨੂੰ ਜੱਫੇ ਪਾਉਂਦੇ ਸੀ ਜੀ 35 ਸੀ ਇਹ ਵੀ ਕਰਨ ਹੋ ਸਕਦਾ 35 ਸੀ 35 ਸੀ ਕਦੇ ਟੀਪੀ ਸਾਹ ਗੁੱਸੇ ਹੋਣ ਥੋੜੇ ਉਹ ਵੀ ਕਹਿੰਦੇ ਤੇ ਅਸੀਂ ਜੀ ਉਹਨਾਂ ਦਾ ਕਲਜੀਤਾ ਆਇਆ ਤੇ ਮੈਂ ਆਉਂਦੇ ਟਾ ਲਿਆ ਜੀ ਨਾ ਅੱਗੇ ਜਾ ਤੇ ਮੇਰਾ ਡੈਡੀ ਡੀਪੀ ਦਾ ਡੈਡੀ ਤੇ ਨਿੰਮੀ ਦਾ ਡੈਡੀ ਇਹ ਸਾਡੇ ਗਰਾਊਂਡ 'ਚ ਬੈਠੀ ਸੀ। ਇਹ ਡੀਪੀ ਸਾਹਿਬ ਉਹਨਾਂ ਦੇ ਕੋਲੇ ਬੈਠਾ ਸੀ। ਜੀ। ਕਦੋਂ ਮੈਂ ਬਹੁਤ ਗਰਮੀ ਨਾਲ ਪਿਆ ਤੇ ਟਾਇਆ ਤੇ ਦੂਜਿਆ ਨਿੰਮੀ ਨੇ ਫੇਟਾ ਲਿਆ। ਉਹਨਾਂ ਦੂਜਾ। ਇਹ ਡੈਡੀ ਹੁਣ ਕਹਿੰਦਾ ਹਾਂ ਦਾ ਇਹਨਾਂ ਦੀ ਕੋਈ ਗੱਲ ਹੋਈ ਆ ਆਪਸ ਵਿੱਚ ਹੁਣ। ਤੇ ਮੁੜ ਕੇ ਫੇ ਉਹਨਾਂ ਪੰਜ-ਸੱਤ ਕਰੇਟਾਂ ਪਾਈਆਂ ਮੁੜ ਕੇ ਛੱਡ ਗਈ। ਉਹਦੇ ਵੀ ਨਹੀਂ। ਆਖਿਆ ਮੈਂ ਕਿ 15 ਮਿੰਟ ਤਾਂ ਲਾਓ। ਹਾਂਜੀ। ਪਰ ਮੈਂ ਛੱਡ ਗਈ। ਮਾ ਫਿਰ ਸਾਡਾ ਮੈਚ ਆ ਗਿਆ ਜੀ ਡੀਪੀ ਸਾਹਿਬ ਦੇ ਨਾਲ ਜੀ ਅਸੀਂ ਜੀ ਜਿਉਣ ਲਗੇ ਤੇ ਲੋਕ ਸਾਨੂੰ ਪੁੱਛਣ ਹੁਣ ਕੀ ਹੋਊਗਾ ਅਜੇ ਤਾਂ ਤੁਹਾਡੇ ਮੂਹਰੇ ਹੀ ਆ ਜਾਣਾ ਸਾਰਾ ਕੁਝ ਵੇਖੀ ਜਾਓ ਸਟਾਰਟ ਹੋਣ ਦਿਓ ਸਹੀ ਡੀਪੀ ਸਾਹਿਬ ਗਿਆ ਕਬੱਡੀ ਜਾਂਦਾ ਹੀ ਚੱਕਤਾ ਜੀ ਸਾਡਾ ਹਾਕਮ ਗਿਆ ਲਿਆ ਪੁਆਇੰਟ ਡੀਪੀ ਸਾਹਿਬ ਫੇਰ ਗਿਆ ਸਾਡੇ ਦੂਜੇ ਮੁੰਡੇ ਨੇ ਚੱਕਤਾ ਉਧਰ ਮੱਲੀ ਗਿਆ ਮੱਲੀ ਪੁਆਣ ਦੇ ਆ ਉਹਨਾਂ ਦਾ ਕੋਈ ਜਫਾ ਨਾ ਉਹਨਾਂ ਦਾ ਮੇਜਰ ਆਇਆ ਮੇਜਰ ਤੇ ਅਸੀਂ ਆਪਣੇ ਪੀਟਰ ਨੂੰ ਛੜਸਾ ਛੰਦੇ ਨੂੰ ਹਾਂਜੀ ਅਜਿਆ ਕਾ ਤੂੰ ਇਹਦੇ ਨਾਲ ਪੁਆਇੰਟ ਲੈ ਨਹੀਂ ਰੱਖ ਨਹੀਂ ਨਾ ਰੱਖ ਨਹੀਂ ਜੇ ਤੋੜੀ ਗੇਮ ਹੈ ਤੇ ਪਰੇ ਨਾ ਹੋਈ ਮੈਚ ਖਰਾਬ ਨੂੰ ਜੀ ਤੇ ਚੱਲ ਜੀ ਇਹ ਉਹ ਜਾਇਆ ਕਰ ਉਹ ਲਾ ਕੇ ਹੱਥੋਂ ਤੇ ਅਜਿਆ ਕਾ ਡੀਪੀ ਤੀਜੀ ਆਡੀ ਵੀ ਫੇਰ ਗਿਆ ਸਾਡੇ ਬਾਬੇ ਨੂੰ ਅਸੀਂ ਅਸੇਗਾ ਸੱਡ ਦੇ ਖਰੀਚੂ ਉਹਨੂੰ ਖਰੀਚੂ ਕਹਿੰਦੇ ਹੁੰਦੇ ਹਾਂਜੀ ਦੋਨਾਂ ਰਸਤਾ ਨੂੰ ਮਾਰਦੇ ਹੀ ਖਰੀਚੂ ਉਹ ਚੱਕ ਕੇ ਤੇ ਡੀਪੀ ਨੂੰ ਖੜਾ ਹੋ ਗਿਆ ਟੀਵੀ ਨੂੰ ਖੜਾ ਹੋ ਗਿਆ ਬਸ ਡੀਵੀਪੀ ਫਿਰ ਮੁੜ ਕੇ ਨੇ 6 ਕੁੱਡੀਆਂ ਪੰਗੀਆਂ 6 ਚ ਜੀ ਤੇ ਸਾਡੇ ਹਾਕਮ ਨੂੰ ਇੱਕ ਜਫਾ ਲੱਗੇ ਉਧਰ ਉਹ ਲਾਇਆ ਦੇ ਭਤੀਜੇ ਨੇ ਮਨਜੀਤ ਨੇ ਡੀਵੀ ਸਾਹ ਦਾ ਭਤੀਜਾ ਵੀ ਖੇਡਦਾ ਉਹਨੇ ਲਾਇਆ ਸੀ ਮੁੜ ਕੇ ਫੇਰਾ ਸਾਡਾ ਕਦੋਂ ਫਾਈਨਲ ਆ ਦਾ ਆਫ ਟਾਈਮ ਹੋਇਆ ਸਿਲਵਰਾਂ ਵਾਲੇ ਮੈਚ ਪੁਆਇੰਟ ਉਹਨਾਂ ਦੇ ਵੱਧ ਦਸੀ ਜਾਣ ਜੀ ਉਸੇ ਅਸੀਂ ਆਖਾਂ ਉਹਨਾਂ ਦੇ ਪੁਆਇੰਟ ਕਿਵੇਂ ਵਧੋ ਕਿ ਸਾਡੇ ਬੰਦੇ ਨੂੰ ਇੱਕ ਜੱਫਾ ਉਹਨੂੰ 6 ਜੱਫੇ ਸਾਤਾ ਫੇਰ ਮੈਂ ਕਿਹਾ ਕਿ ਮੈਂ ਮੇਜਰ ਨੂੰ ਲੈ ਤੇ ਪੁਆਇੰਟ ਉਹਨਾਂ ਦੇ ਵਧਾਈ ਜਾਂਦੇ ਨਹੀਂ 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 ਕਮੇਟੀ ਦਾ ਮੈਂ ਕਿਹਾ ਯਾਰ ਗੱਲ ਸੁਣ ਲਓ ਡੀਪੀ ਸਾਹਿਬ ਨੂੰ ਪੁੱਛ ਲਓ ਡੀਪੀ ਸਾਹਿਬ ਕਹਦੇ ਵੀ ਮੈਂ ਸਾਡੇ ਪੁਆਇੰਟ ਵਧਾ ਅਸੀਂ ਹਰੇ ਕੋਈ ਚੱਕਰ ਨਹੀਂ ਸਾਨੂੰ ਸਾਡਾ ਉਸਤਾਦ ਆ ਫੇਰ ਵੀ ਜੋ ਕਹਦਾ ਵੀ ਅਸੀਂ ਮਨਜ਼ੂਰ ਅਸੀਂ ਡੀਪੀ ਸਾਹਿਬ ਫਿਰ ਉਹਨਾਂ ਨੂੰ ਪੈ ਨਿਕਲਿਆ ਆਹ ਨਾ ਮੈਨੂੰ ਮੌਨਤਾ ਦਿੱਤਾ ਨਹੀਂ ਉਹਨਾਂ ਨੇ ਕਿ ਤੂੰ ਪੁਆਇੰਟ ਸਾਢੇ ਬਦਾਈ ਜਾਂਦੇ ਆ ਇਹ ਕਿਵੇਂ ਹਦੋਂ ਨਹੀਂ ਆ ਹਾਂਜੀ ਪੁਆਇੰਟਾਂ ਇੰਨਾ ਦੇ ਵੱਧ ਆ ਇਹ ਜਿੱਦੇ ਆ ਫਿਰ ਜੀ ਉੱਥੇ ਜਿੱਤ ਕੇ ਹਟ ਹਟ ਕੇ ਜੀ ਜੀ ਤੇ ਅੱਡ ਅੱਡ ਜਾਣਾ ਇਹਨਾਂ ਨੇ ਕਿਹੜੀ ਟੀਮ ਨੂੰ ਹਰ ਕੇ ਆਉਣਾ ਸੀ ਉਹਨਾਂ ਦੇ ਮਗਰ ਜਾ ਉਹਨਾਂ ਨੂੰ ਜਿੱਤ ਕੇ ਆਉਣਾ ਕਿੰਨਾ ਸਮਾਂ ਇਹ سلسلہ ਚੱਲਦਾ ਰਿਹਾ ਆਪਸ ਦੇ ਵਿੱਚ ਇਹ ਚੱਗਾ ਚੱਲਿਆ ਹੀਗਾ ਤਕਰੀਬਨ 6 ਮਹੀਨੇ ਚੱਲਿਆ ਜੀ ਫਿਰ ਇਕੱਠੇ ਹੋ ਗਏ ਦੁਬਾਰੇ ਹਾਂ ਤੇ ਇਹਨਾਂ ਨੇ ਹਰ ਜਣਾ ਅਸੀਂ ਜਿੱਤੇ ਹੋਣਾ ਇਹਨੇ ਮੈਨੂੰ ਕਿਹਾ ਵੀ ਆਪਣੇ ਡਿਸਟ੍ਰਿਕਟ ਦੀਆਂ ਅਕੜੀਆਂ ਸੱਤੇ ਅੱਠ ਟੀਮਾਂ ਜੋ ਜਿੱਤੇ ਤੇ ਤੂੰ ਤੇ ਫਿਰ ਤੰਦੀਰ ਦੇਖਾਂਗੇ ਵੀ ਟੀਮ ਹੈਗੀ ਆ ਜੀ ਮੈਂ ਸਾਰੀਆਂ ਜਰਤਾਂ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਡੀਪੀ ਸਾਹਿਬ ਨੂੰ ਅਸੀਂ ਅਕਸਰ ਇਹ ਸੁਣਦੇ ਆ ਕਿ ਡੀਪੀ ਸਾਹਿਬ ਨੂੰ ਜੱਫਾ ਹੀ ਮਸਾ ਲੱਗਦਾ ਸੀ ਤੁਸੀਂ ਦੱਸ ਰਹੇ ਹੋ ਪੰਜ ਛੇ ਜੱਫੇ ਲਾਏ ਕਿ ਉਹ ਪਹਿਲੀ ਵਾਰ ਇਹਨੇ ਜੱਫੇ ਲੱਗੇ ਕੀ ਕਰ ਰਿਹਾ ਇਹ ਉਸ ਪੇਤੀ ਸੀ ਉਹ ਤੇ ਕਰਦਾ ਪੇਤੀ ਲੰਗ ਕਾਟਾ ਸੀ ਲੰਗ ਕਾਟਾ ਜੀ ਹੋਰ ਜੱਫਾ ਨਹੀਂ ਸਿਖਾਂਦਾ ਉਹ ਕੇ ਹੋਰ ਕਿਸੇ ਤੋਂ ਨਹੀਂ ਖਾਂਦਾ ਸੀ ਨਾ ਜੀ ਬਹੁਤ ਤਗੜੇ ਤਗੜੇ ਜਾਫੀ ਜੀ ਬਹੁਤ ਤਗੜੇ ਤਗੜੇ ਜੀ ਖੰਦਾਈ ਨਹੀਂ ਸੀ ਤੇ ਤੁਹਾਡੀ ਦੁਵਾਰੇ ਟੀਮ ਇਕੱਠੀ ਹੋਈ ਤੁਹਾਡੇ ਨਾਲ ਨਵੇਂ ਰੇਡਰ ਜਾਫੀ ਹੋਰ ਵੀ ਆਏ ਟੀਮ ਦੇ ਵਿੱਚ ਖੇਡਣ ਦੇ ਲਈ ਕਿਹੜੇ ਕਿਹੜੇ ਨਵੇਂ ਖਿਡਾਰੀ ਹੋ ਨਵੇਂ ਖਿਡਾਰੀ ਆ ਗਏ ਕਿ ਮਤਲਬ ਇੱਕ ਸਾਡੇ ਪੁਰਾਣੇ ਚੋਂ ਤਾਂ ਗੁਰਦੇਵ ਸੀਗਾ 20 ਕਿਲੋ ਉਹ ਤਾਂ ਪਹਿਲਾਂ ਹੀ ਸੀਗਾ ਨਵੇਂ ਸੀਗੇ ਇਹ ਬੰਦੇ ਇੱਕ ਨਰਮਲ ਸੀ ਗੁਰਦੇਵ ਸੀ ਤੇ ਫਲੱਡ ਸੀ ਇੱਕ ਦੋ ਮੁੰਡੇ ਹੋਰ ਸੀ ਤੇ ਇਹ ਫਿਰ ਸਾਨੂੰ ਪਿੰਡ ਵਾਲੇ ਲੋਕਾਂ ਨੇ ਕਹਿ ਕੇ ਤੇ ਸਾਡੀ ਟੀਮ ਇਕੱਠੀ ਕਰ ਦਿੱਤੀ ਜੀ ਫਿਰ ਮੈਂ ਕਿਹਾ ਵੀ ਮੈਂ ਇੱਕ ਗੱਲ ਮੈਂ ਜ਼ਰੂਰ ਰੱਖੂੰਗਾ ਕਿਹੜੀ ਟੀਮ ਕਿੱਥੇ ਆਪਾਂ ਖੇਡਾਂਗੇ ਕਿਹੜੇ ਪੁਰਾਣੇ ਜਾਫੀ ਆ ਪਹਿਲਾਂ ਉਹ ਖੜਨਗੇ ਹਾਂਜੀ ਏ ਆਪਣੇ ਪੁਰਾਣੇ ਬੰਦਿਆਂ ਦੀ ਦਾਦਾ ਵੀ ਨਵੇਂ ਮੁੰਡਿਆਂ ਨੂੰ ਲਾਉਣਾ ਹੈ ਨਵੇਂ ਮੁੰਡਿਆਂ ਨੂੰ ਖੜਾਵਾਗੇ ਟਾਈਮ ਦੇਾਂਗੇ ਇਹ ਨਹੀਂ ਵੀ ਆਪਾਂ ਉਹਨਾਂ ਨੂੰ ਖਡਾਉਣਾ ਹੀ ਨਹੀਂ ਤੇ ਫਿਰ ਜੀ ਖੇਡਣ ਲੱਗੇ ਫਿਰ ਦੋ ਟੀਮਾਂ ਪਾਉਣ ਲੱਗੇ ਹਾਂਜੀ ਕਿੱਥੇ ਜਾਣਾ ਦੋ ਟੀਮਾਂ ਪਾ ਦੇਣੀਆਂ ਪੂਲ ਵੇਖ ਲੈਣਾ ਕਿ ਕਿੱਧਰੇ ਪਾਸੇ ਤਕੜੀਆਂ ਉਧਰ ਤੱਕ ਬੰਦੇ ਆਪਦੇ ਸੀ ਤਕੜਾ ਸੈੱਟ ਬਣਾ ਲੈਣਾ ਇੱਕ ਪਾਸੇ ਦੂਜਾ ਸੈੱਟ ਬਣਾ ਲੈ ਤੇ ਜੇ ਦੇਖਣਾ ਵੀ ਠੀਕ ਜਿਹੀਆਂ ਵੱਤਾਂ ਦੀਆਂ ਫਿਰ ਦੋਨੋਂ ਦੇ ਪਾਸੇ ਰੀਡਰ ਵੰਡ ਦੇਣੇ ਸਟਾਫ ਸਾਡੀ ਦੋਨਾਂ ਪਾਸਾਂ ਹੀ ਤਕੜੀ ਸੀ ਹਾਂਜੀ ਕਿਹੜੀ ਪੁਰਾਣੀ ਸਟਾਫ ਸੀ ਉਹ ਤਾਂ ਬੜੀ ਤਕੜੀ ਸੀ ਨਾ ਸਾਡੀ ਤਾਂ ਨਵੇਂ ਜਿਹੜੇ ਉੱਪਰ ਆਏ ਸੀ ਨਵੇਂ ਕਿਹੜੇ ਮੁੰਡੇ ਸੀ ਉਹ ਵੀ ਉਸ ਤੋਂ ਦੋ ਵੀ ਤਕੜੇ ਹੋਏ ਬਹੁਤ ਜ਼ਿਆਦਾ ਹਾਂਜੀ ਹਾਂਜੀ ਬਹੁਤ ਸੋਹਣੇ ਕਿਡ ਤੇ ਸੀ ਤੇ ਮਾ ਫਿਰ ਸਾਡਾ ਫੇਰ ਮੁੜ ਕੇ ਛਲਛਣਾ ਪੂਰਾ ਵਧ ਗਿਆ ਚੱਲਦਿਆਂ ਫਿਰ ਨਵੇਂ ਮੁੰਡੇ ਚਾਰ ਕਰਤੇ ਫਿਰ ਅਸੀਂ ਮੈਂ ਤੇ ਡੀਪੀ ਸਾਹਿਬ 40 ਸਾਲੇ ਮੈਚ ਲਾਉਣ ਲੱਗੇ ਦੂਜਾ ਨੂੰ ਅਸੀਂ ਦੂਜੇ ਖੜਾਈ ਜਾਣੇ ਆਕਣਾ ਕਿਹੜੂ ਕਿਹੜੇ ਸੰਦੇ ਵਿੱਚ 40 ਸਾਲਾ ਲਾਇਏ ਤੁਸੀਂ ਮੈਚ ਜੀ ਚ ਪਹਿਲਾ ਮੈਚ ਨਹੀਂ ਕਿਹੜੇ ਸੰ ਤੋਂ ਸ਼ੁਰੂਆਤ ਕਰੇ 40 ਸਾਲਾ ਮੈਚ 40 ਸਾਲਾ ਮੈਚ ਅਸੀਂ ਕੀਤੇ ਆ तकरीबन 93 95 ਤੋਂ 94 95 ਤੋਂ ਹਾਂ ਜੀ ਯਾਨੀ ਕਿ ਘੱਟ ਖਿਡੇ 40 ਸਾਲਾ ਓਪਨ ਜਾਂਦਾ ਖੇਡੀਆਂ ਓਪਨ ਜਾਂਦੇ ਖੇਡੀਆਂ ਜੀ ਉਹ ਪੰਤਾ ਤਕਰੀਬਨ ਤੁਸੀਂ ਹਿਸਾਬ ਲਾ ਲਓ ਵੀ 24 ਸਾਲ ਨੂੰ ਖੇਡੇ ਚਰਨੀ ਚੱਕੀ ਜਿਵੇਂ ਕਿ ਮੈਂ ਤੁਹਾਡੇ ਬਾਰੇ ਸਰਚ ਕਰ ਰਿਹਾ ਸੀਗਾ ਹਾਂਜੀ ਤੁਹਾਡੇ ਬਾਰੇ ਪਤਾ ਕਰਿਆ ਤੁਸੀਂ ਖੰਡ ਮਿਲ ਜੀਰਾ ਵੱਲੋਂ ਵੀ ਕਬੱਡੀ ਖੇੜੀਆ ਤੁਹਾਡੇ ਦੇ ਟੈਗ ਵੀ ਲੱਗਦਾ ਖੰਡ ਮਿਲ ਜੀਰਾ ਦਾ ਹਾਂਜੀ ਹਾਂਜੀ ਉਦੋਂ ਜੀ ਅਸੀਂ ਖੰਡ ਮਿਲ ਦੇ ਵਿੱਚ ਤਕਰੀਬਨ ਖਾਲੀ ਵੀ ਸੀ ਤੇ ਡਾਲੇ ਤੋਂ ਅਸੀਂ ਮੁੰਡੇ ਰਾਦੇ ਹੋਣੀ ਖੋਨੇ ਹੋਣੀ ਅਸੀਂ ਇਕੱਠੇ ਜੇ ਹੋਏ ਸੀਗੇ ਉੱਥੇ ਕੰਮ ਤੇ ਲੱਗੇ ਸੀ ਜੀ ਖੇਡਣ ਵਾਸਤੇ ਸਾਨੂੰ ਰੱਖਿਆ ਚੰਚਲ ਸੌਂਦਾਈਗਾ ਉਦੋਂ ਮਤਲਬ ਮੈਨੇਜਰ ਕਾਂਡ ਮਲ ਦੀ ਦਾ ਤੇ ਉਦੋਂ ਅਸੀਂ ਪਹਿਲਾਂ ਪਹਿਲਾਂ ਮੈਚ ਮੈਂ ਲਾਇਏ ਕੋਈ 5-7 ਮੈਚ ਲਾਇਏ ਬਹੁਤ ਤਕੜੇ ਮੈਚ ਲੱਗੇ ਜੀ ਕਿਵੇਂ ਉਦੋਂ ਖਜਾਨ ਹੋਣੀ ਹੁੰਦੀ ਗੀ ਗਦਾਸੋਂ ਪੁਰਨੇ ਮੋ ਖੇਡਦੇ ਉਦੋਂ ਜਲੰਧਰ ਜਲ ਕਾਂਡ ਮੈਲੇ ਨੂੰ ਜੀ ਤੇ ਸੰਤੂ ਵਾਲਾ ਗਾ ਰਾਜੂ ਹੁੰਦਾ ਸੀ ਤੇ ਮਈਆਂ ਵਾਲੇ ਤੋਂ ਹੁੰਦਾ ਹੀਗਾ ਮਤਲਬ ਉਹ ਸਾਡੇ ਨਾਲ ਖੇਡਦਾ ਹੁੰਦਾ ਲਾਲਾ ਤਲਵੰਡੀ ਤਲਵੰਡੀ ਵਾਲਾ ਤਲਵੰਡੀ ਵਾਲਾ ਲਾਲਾ ਖੇਡਦਾ ਹੁੰਦਾ ਸੀ ਖਾਸ ਕਰਕੇ ਅਗਲਾ ਕਹਿੰਦੇ ਖੰਡ ਮਿਲਜੀਰਾ ਦੀ ਟੀਮ ਨੂੰ ਲਾਲਲੇ ਤਲਵੰਡੀ ਦੀ ਟੀਮ ਹੀ ਗਿਆ ਜਾਂਦਾ ਸੀ ਲਾਲਲੇ ਤਲਵੰਡੀ ਦੀ ਜੀ ਲਾਲੇ ਦੇ ਲਾਲੇ ਦੇ ਨਾਲ ਬਹੁਤ ਹੱਸੇ ਠੱਠੇ ਹੁੰਦੇ ਸੀ ਜੀ ਇਹ ਕਰੇ ਸੀ ਖੇਡੀ ਜਾਈਗੇ ਤੇ ਚੰਦ ਬਾਜੀ ਉਹ ਦਸਖਤ ਕਰਾਉਂਦੇ ਹੁੰਦੇ ਜਦੋਂ ਨਾਮ ਦਿੰਦੇ ਹੁੰਦੇ ਤੇ ਇਹਨੂੰ ਲਾਲੇ ਨੂੰ ਕਹਿੰਦੇ ਵੀ ਸਾਈਨ ਕਰ ਇਹ ਸਾਈਨ ਕਰਦਾ ਹੁੰਦਾ ਇਹਨੇ ਐ ਪਹਿਲਾਂ ਦੋ ਕੱਟ ਘਾਵਾਂ ਲੈਣੀਆਂ ਜੀ ਆਹ ਵਾ ਕਟ ਗਿਆ ਉਤੋਂ ਹੀ ਲਖੀਰ ਮਾਰ ਦੇਣੀ ਲਾਲ ਸਿੰਘ ਬਣ ਜਾਂਦਾ ਸੀ ਹਾਂਜੀ ਤੇ ਉਹ ਨਹੀਂ ਸੀ ਆਉਂਦਾ ਆਉਂਦਾ ਉਹਨੂੰ ਪੜ੍ਹਨਾ ਪੜ੍ਹਨਾ ਨਾ ਲਿਖਣਾ ਕੋਈ ਨਹੀਂ ਆਉਂਦਾ ਟੌਕਾ ਨਹੀਂ ਆਦਾ ਕਾਂਟਕਾ ਮਾਰ ਲੈਣੀ ਉੱਤੇ ਲੈਣ ਮਾਰ ਦੇਣੀ ਉਹਦੇ ਲੱਗਦਾ ਬਸ ਕੱਲ ਲਾਲ ਸਿੰਘ ਬਸ ਕੱਲ ਹੀ ਤੇ ਅਸੀਂ ਖੇਡੇ ਜਣੀ ਤੱਕ ਤਕੜੇ ਮੈਚ ਖੇਡੇ ਉਹਦੋਂ ਫੇਰ ਅਸੀਂ ਹਟ ਗਏ ਕਿਉਂ ਹਟੇ ਜਿਵੇਂ ਕਿ ਅਗਲਾ ਤਾਂ ਕਹਿੰਦਾ ਯਾਰ ਨੌਕਰੀ ਮਿਲੀ ਹੈ ਜਿਵੇਂ ਕਿ ਇੱਕ ਸੰਸਥਾ ਦਾ ਨਾਮ ਸੀ ਉਹਦੋਂ ਸੰਸਥਾ ਦੇ ਪਾਸੇ ਬਹੁਤ ਘਟ ਹੁੰਦੀਆਂ ਸੀਗੀਆਂ ਕੜਾ ਕੜਾ ਮੈਂ ਤਾਂ ਐਂ ਹੋ ਗਿਆ ਸੀ ਜੀ ਇੱਥੇ ਮੈਂ ਥੋੜਾ ਬੈਲੀ ਹੋ ਗਿਆ ਸਾਡੇ ਪਿੰਡ ਫੈਰ ਜੀ ਹੋ ਗਈ ਸੀ ਜੀ ਮੈਂ ਫਿਰ ਜਮਾਂ ਹੋ ਗਿਆ ਹਾਂਜੀ ਇਹ ਫਿਰ ਮੁੜ ਕੇ ਡੀਵੀ ਦਾ ਉਹ ਨਹੀਂ ਖੇਡਦੇ ਹੁੰਦੇ ਜੀ ਯਾਨੀ ਕਿ ਬੈਲਪੁਣਾ ਵੀ ਕਰਿਆ ਬੈਲਪੁਣਾ ਵੀ ਕੀਤਾ ਜੀ ਜੀ ਇਸ ਕਰਕੇ ਕੌਡੀ ਤੋਂ ਪਿੱਛੇ ਹਟੇ ਸੀਗੇ ਉਦੋਂ ਹਾਂ ਪਰ ਨਾ ਥੋੜਾ ਹੀ ਤਾਂ ਹਟਿਆ ਹੀ ਫਿਰ ਫਿਰ ਮੈਂ ਕਦੋਂ ਆਇਆ ਜੇਲ੍ਹ ਤੋਂ ਜ਼ਮਾਨਤ ਹੋ ਗਈ ਮੇਰੀ ਜੇਲ੍ਹ ਤੋਂ ਆਣ ਕੇ ਮੈਂ ਤੀਜੇ ਦਿਨ ਹੀ ਜਾ ਕੇ ਕੱਲੀ ਮੈਚ ਖੇਡਣ ਜੀ ਸੀ ਹਾਂਜੀ 84 ਚ ਕਿਹੜੀ ਮੇਰੀ ਫੋਟੋ ਵੀ ਹੈਗੀ ਤੁਹਾਨੂੰ ਦਿਖਾਈ ਸੀ ਸਾਬਾ ਜੱਬਦਾ ਸਰ ਤੇ ਕਾਂ ਕੁਰਤਾ ਪਜਾਮ ਮੈਨੂੰ ਆਦੇ ਇਹ ਖੇਡ ਕੇ ਆਏ ਸੀ ਜਲੰਧੋਂ ਇਾਂ ਦੇ ਵੀ ਅਜ ਤਾਂ ਥੱਕੇ ਬਹੁਤ ਆ ਤੇਰੇ ਤੇ ਹੀ ਆ ਕੰਮ ਅੱਜ ਪਤਾ ਲੱਗੂ ਕਿਹੜਾ ਤੈਨੂੰ ਘੋ ਖੁੰਦੀ ਸੀ ਮੈਂ ਕਿਹਾ ਗਾਲੀ ਕੋਈ ਨਹੀਂ ਕੱਲਾ ਹੀ ਬਹੁਤ ਹਾਂਜੀ ਮੈਂ ਫਿਰ ਅਸੀਂ ਕੱਲ ਕੱਲਾਂ ਨੂੰ ਵੀ ਖੜਾਤਾ ਸਾਰੇ ਨੂੰ ਹੁਣ ਆਤਾ ਹੀ ਇੱਥੇ ਪਹਿਲਾਂ ਨਾਮ ਪਹਿਲਾਂ ਨੰਬਰ ਲਿਆ ਕੱਲਾਂ ਤੋਂ ਤਾਂ ਯਾਰਦਾ ਹੀ ਨਹੀਂ ਜੀ ਕਿਹੜੀ ਮਰਜੀ ਟੀਮ ਹੋਣੀ ਜਦੋਂ ਕਿ ਬੱਕਰ ਸੀ ਟੂਰਨਾਮੈਂਟ ਤੇ ਬੱਕਰ ਸੀ ਜੀ ਉੱਤੇ ਜੀ ਕੜੀ ਮਰਜੀ ਟੀਮ ਹੋਣੀ ਉਹ ਸਾਡੀਆਂ ਟੀਮਾਂ ਫਾਦਾ ਨਹੀਂ ਕਰਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਟੂਰਨਾਮੈਂਟ ਉਹ ਮੇਲਾ ਜਿੱਤਿਆ ਉੱਥੋਂ ਜਿੱਤਿਆ ਕੋਈ ਹਾਰਿਆ ਹੋਵੇ ਲਗਾਤਾਰ ਟੂਰਨਾਮੈਂਟ ਜਿੱਥੇ ਹਰ ਵਾਰ ਗਏ ਹੋ ਹਾਰ ਦਾ ਹੀ ਮੂੰਹ ਦੇਖਿਆ ਕਿ ਇਹ ਜਰਾ ਆਹ ਟੂਰਨਾਮੈਂਟ ਨਹੀਂ ਜਿੱਤ ਸਕਿਆ ਅਸੀਂ ਅਸੀਂ ਹਾਰੇ ਇੱਕ ਤਾਂ ਗਿੱਦੜਵਿੰਡੀ ਮਾੜੀ ਜੀ ਟੀਮ ਨਹੀਂ ਹਰਦੇ ਉਦਾਂ ਹੀ ਤੇ ਗਿੱਦੜਵਿੰਡੀ ਹਰੇ ਢੋਲੀ ਪਾਈ ਹਰੇ ਢੋਲੀ ਪਾਈ ਹਰੇ ਇੱਕ ਉੱਥੇ ਹਰੇ ਸੀ ਕਿ ਬਰਗਾੜੀ ਜੀ ਬਰਗਾਰੀ ਹਰਗੇ ਚ ਬਰਗਾਰੀ ਦੀ ਟੀਮ ਨੂੰ ਉੱਥੇ ਹਰੇ ਜਦੋਂ ਆਏ ਆਏ ਹੁਣ ਆਏ ਹੁੰਦਾ ਸੀਗਾ ਦਿਮਾਗ ਚ ਹੁੰਦੀ ਸੀ ਵੀ ਅਜ ਨਾਲ ਤਾਂ ਜਿੱਤ ਹੀ ਜਾਣਾ ਤੇ ਚਰਨੀ ਤੁਸੀਂ ਪਿੰਡਵਾਰ ਜ਼ਿਆਦਾ ਖੇਡਿਆ ਨਾ ਹਾਂ ਪਿੰਡਵਾਰ ਜਿਵੇਂ ਕਿ ਸ਼ੋਅ ਮੈਚ ਤਾਂ ਘੱਟ ਹੀ ਖੇੜਿਆ ਸ਼ੋਅ ਮੈਚ ਬਹੁਤ ਘੱਟ ਖੇੜੀ ਜੀ ਉਦੋਂ ਸ਼ੋਅ ਮੈਚ ਦੇ ਕਿਹੜੀਆਂ ਟੀਮਾਂ ਸਨ ਜੀ ਸ਼ੋਅ ਮੈਚ ਦੀ ਟੀਮ ਤਾਂ ਉਦੋਂ ਹੁੰਦੀ ਜੀ ਇਧਰੋਂ ਅਸਾਂ ਆਪਣੇ ਫਰੀਦਕੋਟ ਬਲਜਿੰਦਰਾ ਕਾਲਜ ਦੇ ਮੁੰਡੇ ਲੀ ਉਹਨਾਂ ਚ ਮੈਂ ਤੇ ਡਿਪੀਕੇਟ ਦੇ ਹੁੰਦੀ ਇਧਰੋਂ ਆਪਣੇ ਲੰਡੇ ਵਾਲੇ ਮੰਦਰ ਹੁਣੀ ਤੇ ਮਤਲਬ ਪਿੰਡਾਂ ਵਾਲੇ ਸੀ ਦੇ ਹੁਣ ਇਹ ਬਣਾਉਂਦੇ ਹੁੰਦੇ ਸੀ ਇੱਕ ਮੱਲਾਪੁਰ ਦੀ ਹੁੰਦੀ ਸੀ ਟੀਮ ਕਿਵੇਂ ਦੇਵੀ ਵਿਦਿਆਲਿਆ ਨੂੰ ਇਹਦੀ ਟੀਮ ਦੀ ਜੀ ਇਦੋਂ ਲੱਕੜ ਹਾਰੇ ਹੁਣੀ ਬਣਾ ਲੈਂਦੀ ਬਠੰਡੇ ਦੀ ਪਤਨ ਚਾਰਕ ਟੀਮਾਂ ਸੀ ਬੋਲੀਆਂ ਨੇ ਉਦੋਂ ਕਬੱਡੀ ਦਾ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਉਹ ਮਾਹੌਲ ਖੁੱਲਾ ਸੀ ਬਹੁਤ ਵੱਧਗਾ ਸੀ ਉਦੋਂ ਐ ਹੁੰਦੀ ਸੀ ਵੀ ਗਰਾਊਂਡ ਦੇ ਵਿੱਚ ਕਦੋਂ ਖੇਡਦੇ ਆ ਉਦੋਂ ਤਾਂ ਐ ਹੁੰਦਾ ਸੀ ਵੀ ਇਹ ਯਾਰ ਇੱਕ ਦੂਜੇ ਨਾਲ ਲੜਨਗੇ ਤੇ ਕਦੋਂ ਮੈਚ ਖੇਡ ਕੇ ਹਟ ਗਏ ਆ ਚਾਹ ਹਾਰ ਗਏ ਚਾਹ ਜਿੱਤ ਗਏ ਆਏ ਨਹੀਂ ਸੁਣਦੀ ਦਿਮਾਗ ਚ ਯਾਰ ਆਪਾਂ ਕਾਹ ਤੋਂ ਹਾਰ ਗਏ ਇਹ ਕਿਉਂ ਜਿੱਤ ਗਏ ਨਾ ਉਵੇਂ ਪਿਆਰ ਹੁੰਦਾ ਹੀ ਪੂਰਾ ਸਾਰੇ ਬੰਦੇ ਪੂਰੇ ਮਿਲਦੇ ਵਾਰਸੇ ਬਾਸ ਕੇ ਉੱਡ ਕੇ ਮਿਲਣਾ ਜੀ ਉਹਨਾਂ ਨੇ ਕਿਹਾ ਅੱਜ ਤਾਂ ਯਾਰ ਤੁਸੀਂ ਕਮਾਲ ਹੀ ਕਰਤੀ ਤੇ ਉਸ ਸਮੇਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਕਿੰਨੀਆਂ ਇੱਕ ਤੁਹਾਡੇ ਨਾਲ ਜੁੜੀਆਂ ਜਿੰਨੂੰ ਅਕਸਰੀ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਯਾਦ ਕਰਦੇ ਹਾਂ ਜਿਵੇਂ ਅੱਜ ਸਾਥ ਦੇ ਵਿੱਚ ਬੈਠੇ ਆਂ ਤੇ ਧਰਮਸ਼ਾਲਾ ਤੇ ਬੈਠੇ ਆਂ ਐ ਜਿਵੇਂ ਕੇ ਚਾਰ ਦੋਸਤ ਮਿੱਤਰ ਇਕੱਠੇ ਹੋ ਗਏ ਜੋ ਗੱਲ ਤੋੜ ਦਿੱਤੀ ਇਸ ਤਰ੍ਹਾਂ ਇੱਕ ਤਾਂ ਅਸੀਂ ਰੋਡੀਆਂ ਦੀ ਸੀ ਕਿਹੜੀ ਰੋਡੀਆਂ ਸੀ ਕਿੱਡੇ ਉਹ ਬਹੁਤ ਮਤਲਬ ਸੀਗਾ ਮਤਲਬ ਗੈਂਗਾਚੀ ਮੈਚ ਲੱਗਾ ਜੀ ਇੱਕ ਕਿਵੇਂ ਸੇਲ ਵੜਾ ਦੀਆਂ ਗੱਲਾਂ ਤੁਰਦੀਆਂ ਹੁੰਦੀਆਂ ਜਾਂਦੀਆਂ ਇੱਕ ਨਿੱਕੇ ਕੋਲਗੇ ਹੋਇਆ ਸੀਗਾ 85 ਚ ਮੈਚ ਜੀ ਸਰਦਮਾ ਵਾਲੇ ਚੈਨੇ ਨਾ ਮੈਂ ਸੀ ਸਾਡਾ ਫਾਈਨਲ ਤੇ ਉਦੋਂ ਪਹਿਲਾਂ ਮੈਂ ਸਿਲੈਕਟ ਹੋਇਆ ਸੀਗਾ ਤੇ ਕਪੂਰ ਥਲੇ ਇੰਗਲੈਂਡ ਵਾਸਤੇ ਤੇ ਮੈਂ ਮੈਥੇ ਖੇਡਦੇ ਜਿਸ ਨਿੱਕੇ ਕੋਲਗੇ ਪਿੰਡਰਾਂ ਸਾਡਾ ਮੈਚ ਤੇ ਮੈਂ ਮੈਨੂੰ ਮੱਲੀ ਕਹਿੰਦਾ ਵੀ ਆਪਾਂ ਜਾਣਾ ਕੂਰ ਸਿੰਘ ਕੋਲੇ ਜਾਣਾ ਮੈਚ ਖੇੜਨ ਨੂੰ ਤੋਂ ਅੰਮ੍ਰਿਤਸਰ ਕੋਲੇ ਮੈਂ ਕਿਹਾ ਮੈਂ ਨਹੀਂ ਜਾਣਾ ਉਹ ਲਾਡੀ ਨੂੰ ਲੈ ਜਾਊਗਾ ਡੀਪੀ ਸਾਹਿਬ ਨੂੰ ਕਿਹਾ ਕੋਈ ਡੀਪੀ ਸਾਹਿਬਾਂ ਦਾ ਕੋਈ ਨਹੀਂ ਮੈਂ ਮਨਾ ਲਊਗਾ ਔਲੀ ਔਲੀ ਹਾਂਜੀ ਤੇ ਸਾਨੂੰ ਮੈਚ ਖੇਡ ਲੈਣ ਚਲੋ ਜੀ ਅਸੀਂ ਮੈਚ ਖੇਡੋ ਨਾ ਜੀਤਾ ਹੁੰਦਾ ਸੀ ਜੀ ਸਦਮਾ ਜੀ ਉਹ ਸਾਡੇ ਬੰਦਿਆਂ ਤੋਂ ਰੁਕੇ ਨਾ ਉਹ ਛੋਲਾ ਜਿਆ ਰੀਡਰ ਬਹੁਤ ਤੇ ਸੀਗਾ ਜੀ ਜੀ ਮੈਂ ਕਿਹਾ ਯਾਰ ਤੁਸੀਂ ਕੀ ਕਰਦੇ ਕੀ ਆ ਮੈਂ ਫੜਦੇ ਨਹੀਂ ਮੈਨੂੰ ਆ ਤੇ ਤੂੰ ਫੜ ਲੈ ਯਾਰ ਬਾਲਾ ਓਕਾਂ ਦਾ ਜੀ ਮੇਰੇ ਜਾਫੀ ਗਿੰਦ ਮੈਂ ਕਿਹਾ ਹਉਣ ਸੋ ਮੈਂ ਤੁਸੀ ਟੱਚ ਨਹੀਂ ਹੋਣ ਦੇਣਾ ਤੇ ਥੋੜਾ ਇਹਦਾ ਚੇਅਰ ਦੇਰ ਕਰ ਲੋ ਜੀ ਮੈਂ ਕਿਹਾ ਟੱਚ ਨਹੀਂ ਹੋਣ ਦੇਣਾ ਜੀ 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 ਸੈਟ ਆ ਠੀਕ ਆ ਠੀਕ ਆ ਤੇ ਉਧਰ ਨਾਲ ਸੈਟ ਕਰ ਲੈ ਮੈਂ ਕਿਹਾ ਟੱਚ ਨਹੀਂ ਹੋਣ ਦੇਣਾ ਹਾਂਜੀ ਤੇ ਮੈਨੂੰ ਆਦੇ ਵੀ ਠੀਕ ਆ ਜੀਤਾ ਜਾਇਆ ਕਰੋ ਛਾਲ ਮਾਰਦਾ ਹੀ ਉੱਥੋਂ ਇਹ ਲੱਗਦਾ ਹੀ ਥੱਲੇ ਗਟਿਆਂ ਦੇ ਮੈਂ ਉਹਦੇ ਇੱਥੇ ਡਾਈ ਮਾਰਦੇ ਪਟਾਂ ਹਾਂਜੀ ਉਹਦੇ ਮੈਂ ਖੁੱਚਾਂ ਆ ਜਾਂਦੀਆਂ ਮੇਰੇ ਹੱਥੇ ਮੈਂ ਲਗਾਤਾਰ ਉਹਨੂੰ ਚਾਰ ਪੰਜ ਅਫੇ ਪਾਤੀ ਢਿੱਲਾ ਹੋ ਗਿਆ ਮੁੜ ਕੇ ਅਸੀਂ ਇਹਨੇ ਚ ਮੈਚ ਜਿੱਤ ਗਏ ਵੈਸੇ ਉਸ ਸਮੇਂ ਦਾ ਬਹੁਤ ਛੋਲਾ ਰੀਡਰਸ ਸੀ ਉਹ ਬਹੁਤ ਤੇਜ਼ ਸੀ ਬਹੁਤ ਜ਼ਿਆਦਾ ਤੇਜ਼ ਕਿੰਨਾ ਕਹਿ ਲਓ ਜੀ ਤੇ ਫੇਰ ਮੱਲੀ ਸਾਹਿਬ ਮੈਨੂੰ ਕਹਿੰਦਾ ਵੀ ਹੁਣ ਤੈਨੂੰ ਚੱਲਣੀ ਜਾਣਾ ਪੈਣਾ ਮੇਰੇ ਨਾਲ ਮੈਂ ਕਿਹਾ ਮੱਲੀ ਸਾਹਿਬ ਮੈਂ ਨਹੀਂ ਜਾਣਾ ਡੀਪੀ ਮੈਨੂੰ ਕਹਿੰਦਾ ਜਾ ਯਾਰ ਚੱਲ ਆਉਂਦਾ ਮੈਚ ਲਾਉਣੀਆ ਮੈਂ ਚਲ ਦੇਖ ਲਉ ਜਾਵੜੀ ਫਿਰ ਇਹ ਕੋਰਸਿੰਗ ਵਾਲੇ ਸਾਡਾ ਮੈਚ ਸੀਗਾ ਪ੍ਰੀਤਮ ਹੋਣਾ ਨਾ ਹੋਏ ਸ਼ਮਸ਼ਪੁਰ ਦੀ ਜੀ ਇਹਨਾਂ ਪ੍ਰੀਤਮ ਹੋਣਾ ਨੂੰ ਫਿਰ ਅਸੀਂ ਹਰ ਗਏ ਜੀ ਉਸ ਸਮੇਂ ਦਾ ਪ੍ਰੀਤਮ ਵੀ ਬਹੁਤ ਤਕੜਾ ਖੜਾ ਰਿਹਾ ਸੀ ਬਹੁਤ ਤਕੜਾ ਹੀ ਬਹੁਤ ਤਕੜਾ ਰੀਡਰ ਸੀ ਕਿੰਨੇ ਕਿ ਮੈਚ ਲੱਗੇ ਪ੍ਰੀਤਮ ਭਲਵਾਨਾ ਜੀ ਪ੍ਰੀਤਮ ਨਾਲ ਸਾਡੇ ਉਦਾਂ ਸ਼ੋਅ ਮੈਂ ਤਾਂ ਲੱਗੇ 2-4 ਹੀ ਪਰ 40 ਸਾਲੇ ਮੈਚ ਬਹੁਤ ਲੱਗੇ ਬਾਅਦ ਦੇ ਵਿੱਚ ਹਾਂਜੀ ਬਾਅਦ ਦੇ ਵਿੱਚ 40 ਸਾਲੇ ਮੈਚ ਤਾਂ ਉਹਦੇ ਨਾਲ ਤਕਰੀਬਨ ਉਹਨਾ ਨਹੀਂ ਹੁੰਦਾ ਜੀ ਕਿਉਂਕਿ ਉਦੋਂ ਦੋ ਟੀਮਾਂ ਸੀਗੀਆਂ ਲੜਾਉਣੇ ਦੀ ਤੇ ਸਾ ਸਾਡੀ ਮੋਗੇ ਤੇ ਬਸ ਫਿਰ ਪ੍ਰੀਤਮ ਨਾਲ ਬਹੁਤ ਮੈਚ ਲੱਗਦੀ ਤਕੜਾ ਸੀ ਗੇੜ ਦਾ ਪ੍ਰੀਤਮ ਹਾਂ ਉਸ ਸਮੇਂ ਦਾ ਤਕੜਾ ਖੜੀ ਸੀਗਾ ਪ੍ਰੀਤਮ ਭਲਵਾਨਾ ਅਜੀਬ ਵੇਸੇ ਅਕਸਰ ਗੱਲਾਂ ਹੁੰਦੀਆਂ ਪ੍ਰੀਤਮ ਭਲਵਾ ਆ ਜਿਵੇਂ ਕਿ ਉਹ ਪ੍ਰੀਤਮ ਉਹ ਉਹਨਾਂ ਨੇ 40 ਸਾਲਾਂ ਦੀ ਸ਼ੁਰੂਆਤ ਕੀਤੀ ਸੀਗੀ ਜਿਵੇਂ ਅੱਜ ਕੱਲ ਦਾ 40 ਸਾਲਾਂ ਦੀ ਕਾਫੀ ਕਲੱਬਾਂ ਬਣੀਆਂ ਟੀਮਾਂ ਬਣੀਆਂ ਹਾਂ ਹਾਂ ਜੀ ਹਾਂ ਤਾਂ ਬਹੁਤ ਬਣ ਗਈਆਂ ਉਦੋਂ ਬਸ ਤਕਰੀਬਨ ਮੇਰੇ ਖਿਆਲ 5-6 ਸਾਲ ਅਸੀਂ ਖੇਡੇ ਦੋਨੋਂ ਟੀਮਾਂ ਵਿੱਚ ਦਾਂ ਸੀ ਲੁਧਿਆਣਾ ਤੇ ਮਤਲਬ ਮੂਗਾ ਤੇ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਤੁਸੀਂ ਕਬੱਡੀ ਖੇਡੀ ਹੈਗੀ ਮੈਂ ਤਕਰੀਬਨ 70 ਤੋਂ ਲੈ ਦੋ ਜੀ 70 ਤੋਂ ਲੈ ਕੇ 94 94 ਤੱਕ ਹੀ ਖੇਡੀ ਓਪਨ ਹਾਂਜੀ ਉਸ ਤੋਂ ਬਾਅਦ 40 ਸਾਲਾਂ ਉਦੋਂ ਮੁੜ ਕੇ 40 ਸਾਲਾਂ ਤੇ ਮੇਜਰ ਚੜਿੱਕ ਹਾਂਜੀ ਉਸ ਤੋਂ ਦੋ ਆਪਣੇ ਬਬਲੀ ਚੜਿੱਕ ਇਹਨਾਂ ਨੇ ਕਿੰਨੇ ਮੈਚ ਖੇਡੇ ਆ ਅਸੀਂ ਇਹਨਾਂ ਨੂੰ ਸਟਾਰਟ ਕਰ ਦਿਆ ਸੀਗਾ ਤਕਰੀਬਨ 86-82 ਜੋ ਹੋ ਗਏ ਸੀ ਤਿਆਰ ਨਹੀਂ ਜੀ ਫਿਰ ਮੁੜ ਕੇ 4-5 ਸਾਲ ਮੈਂ ਸਾਡੇ ਨਾਲ ਖੇਡੇ ਬਹੁਤ ਵਧੀਆ ਬਬਲੀ ਤੇ ਮੇਜਰ ਮੇਜਰ ਦੀ ਫੜਾਈ ਬਹੁਤ ਮੇਜਰ ਟੱਕ ਖੂਬੀ ਸੀ ਦੀ ਉਹ ਹਰਿਆ ਮੈਚ ਜਿਤਾ ਦਿੰਦਾ ਕਿਵੇਂ ਇੱਕ ਨੰਬਰ ਤੇ ਮੈਚ ਹਰਦੇ ਆ ਨਾ ਵੀ ਇੱਕ ਜਫਾ ਲੱਗ ਜੇ ਤਾਂ ਮੈਚ ਜਿੱਤੇ ਆ ਉਹਨੇ ਗਣਾ ਗਾਲੀ ਕੋਈ ਨਹੀਂ ਪਤਾ ਨਹੀਂ ਕੀ ਸਪਿਰਟ ਸੀ ਉਹਦੇ ਚ ਜਿਵੇਂ ਕਿ ਤੁਹਾਡੀ ਟੀਮ ਨੂੰ ਦੋ ਜਾਫੀ ਹੋਰ ਟੌਪ ਦੇ ਮਿਲ ਗਏ ਸੀ ਹਾਂ ਬਹੁਤ ਟੌਪ ਦੇ ਮਿਲ ਗਏ ਪਹਿਲਾਂ ਤੁਹਾਡਾ ਨਾਮ ਚੱਲਿਆ ਤੁਹਾਡੇ ਤੋਂ ਬਾਅਦ ਇਹਨਾਂ ਨੇ ਕਮਾਂਡ ਸੰਭਾਲ ਲਈ ਜੀ ਹਾਂਜੀ ਹਾਂਜੀ ਮੇਜਰ ਹੋਣਾ ਨੇ ਬਵਲੀ ਹੋਣਾ ਜੀ ਬਵਲੀ ਤਾਂ ਖਾਮੀ ਬਣ ਗਈ ਮੜ ਜੀ ਬਵਲੀ ਦੇ ਕਿੰਨੇ ਕਬੱਡੀ ਖੇਡੀ ਧੱਕੇ ਨੇ ਅਸੀਂ ਇਹਨੂੰ ਬਹੁਤ ਕਹਿਣਾ ਵੀ ਤੂੰ ਕਿਹੜਾ ਫਰਜ਼ਾ ਹੋਣਾ ਚੀਜ਼ ਨੂੰ ਫੜਿਆ ਕਰ ਫਰਜ਼ਾ ਨਹੀਂ ਸੀ ਜੀ ਬੋਸ਼ ਮਾਰ ਕੇ ਮੁਰੂ ਧੱਕ ਕੇ ਜੋਰ ਬੜਾ ਸੀ ਕੱਦ ਸੀ ਧੱਕ ਕੇ ਹੀ ਰਹਿੰਦਾ ਸੀ ਬਸ ਫੜਦਾ ਤਾਂ ਕੋਈ ਹੀ ਨਹੀਂ ਸੀ ਇੱਕ ਵਾਰੀ ਸੀ ਮੈਚ ਖੇਢੀ ਜਾਂਦੇ ਸੀ ਕਿ ਇੱਥੇ ਇਹ ਬਣੇ ਕੋਬੜ ਦੀ ਗੱਲ ਸਹੀ ਜੀ ਬੈਲੀ ਚੂੜ ਚੱਕ ਆਲਾ ਕਹਿੰਦਾ ਸਾਨੂੰ ਅਣਕਿਆਂ ਦਾ ਮੈਚ ਮੂਜ਼ ਖੇਡ ਕੇ ਕਦੋਂ ਹਟੇ ਕਹਿੰਦਾ ਯਾਰ ਇਹ ਇਨੂੰ ਕੋਨਾ ਕੋਦ 10 ਦੁੱਸ ਦਿਆ ਕਰੂ ਵੀ ਫੜੀ ਲਵੇ ਬੰਦਾ ਆਹਦਾ ਨਾਂ ਸਾਨੂੰ ਕੋਈ ਫੜਦਾ ਤੇ ਨਾਂ ਸਾਨੂੰ ਤੋਂ ਨਿਕਲ ਦਿੰਦਾ ਹੈ ਧੱਕਾ ਮਾਰਦਾ ਤੈਨ ਕਰਮਾਂ ਪਛਾਣ ਨੂੰ ਸਾਨੂੰ ਲੈ ਜਾਂਦਾ ਧੱਕਾ ਮਾਰਦਾ ਤੈਨ ਕਰਮਾਂ ਪਛਾਣ ਨੂੰ ਲੈ ਜਾਂਦਾ ਸਾਨੂੰ ਆਂਦਾ ਸਾਹ ਛੱਡਦਿਆਂ ਨੂੰ ਸ਼ਰਮ ਆਉਂਦੀ ਹੈ ਵੀ ਅਗਲਾ ਆਖੂਗਾ ਪੜਿਆ ਨਹੀਂ ਬੁੜਿਆ ਨਹੀਂ ਤੇ ਤਾਂ ਧੱਕਿਆ ਤੋਂ ਦੱਸਦਾ ਇਹ ਮਤਲਬ ਸਾਹ ਜੱਡੀ ਜਾਂ ਸਵਰਨਾ ਬੈਲੇ ਵੀ ਟੌਪ ਦਾ ਖਿਡਾਰੀ ਹੋਇਆ ਸਵਰਨਾ ਬੈਲੇ ਬਹੁਤ ਟੌਪ ਦਾ ਸੀ ਜੀ ਉਹਨਾਂ ਦਾ ਨਾਮ ਬਹੁਤ ਚੱਲਦਾ ਕਵਿਡੀ ਦੇ ਵਿੱਚ ਉਹ ਨਾਮ ਚੱਲਦਾ ਬਹੁਤ ਨਾਮ ਚੱਲਦਾ ਉੱਥੇ ਕੈਨੇਡਾ ਦੇ ਵਿੱਚ ਮੈਚ ਵੀ ਬਹੁਤ ਤਕੜੇ ਖੇਡਿਆ ਕਿ ਤੋ ਗਿਆ ਨਾ ਮੁਰਕੇ ਬਹੁਤ ਤਗੜੇ ਮੈਚ ਕੀਤਾ ਜੀ ਸਵਰਨਹਵੇਲੀ ਕਿ ਮਕੰਦਾ ਬਿਹਾਰਾ ਮਿਹੜੀਪੁਰਗਾ ਜੀ ਸਹੀ ਦੋੜਾ ਦਾ ਮੱਖਣ ਹਾਂ ਇਹ ਬਾਅਦ ਦੇ ਵਿੱਚ ਤੁਹਾਡੇ ਇਹਨਾਂ ਨੇ ਇਲਾਕੇ ਦਾ ਵੀ ਨਾਮ ਰੌਸ਼ਨ ਕਰਿਆ ਹਾਂਜੀ ਹਾਂਜੀ ਜੀ ਤੇ ਇਹ ਗੱਲ ਮੈਂ ਕਹਿਣੀ ਚਾਹੁੰਦਾ ਜਿਵੇਂ ਕਿ ਤੁਸੀਂ ਟੌਪ ਦੀ ਕਬੱਡੀ ਖੇਡੀ ਤੁਹਾਡੇ ਨਾਲ ਦੇ ਕਈ ਖਿਡਾਰੀ ਬਾਹਰ ਚਲੇ ਗਏ ਤੁਹਾਡਾ ਕਿਉਂ ਨਹੀਂ ਸੁਭ ਬਣਿਆ ਵਿਦੇਸ਼ ਖੇਡਣ ਦਾ ਮੇਰਾ ਬਣਿਆ ਸੀ ਜੀ ਇੱਕਦਮੀ ਮੈਨੂੰ ਵੀਜ਼ਾ ਮਿਲ ਗਈ ਅਮਰੀਕਾ ਦਾ ਤੇ ਮੇਰੀ ਕੈਨੇਡਾ ਦੀ ਫਾਈਲ ਲੱਗੀ ਸੀ ਮੈਂ ਕਿਹਾ ਯਾਰ ਚੱਲ ਜਾਦਾ ਮੜਨਾ ਕੀ ਰਣਕ ਜਾ ਕੇ ਮਗਰ ਰਹਿਣ ਆਸਤੇ ਜਾਣਾ ਆਪਾ ਹਾਂਜੀ ਵੀ ਉੱਥੇ ਲੁਕਾਂਗੇ ਮੇਰੇ ਨਾਲ ਪੰਜ ਜਾਨੇ ਜੇ ਸੀ ਚਾਰਾਂ ਨੂੰ ਵੀ ਜੇ ਮਿਲ ਗਏ ਪੰਜਾਂ ਨੂੰ ਮਿਲ ਗਈ ਕੇ ਚਾਰ ਜਾਨੇ ਉੱਠ ਗਈ ਸੀ ਜੀ ਰਾधा ਸੀ ਡਾਲੇ ਤੋਂ ਕੋਨਾ ਗੜਬੀ ਹੋਸੀ ਦੋ ਜੰਦਰ ਦੇ ਤੇ ਮੈਨੂੰ ਬਹੁਤ ਫੜਿਆ ਨਾ ਜ਼ੋਰ ਲਾਇਆ ਮਗਰੋਂ ਵੀ ਫੋਨ ਕਰਦੇ ਤੂੰ ਆ ਜਾ ਇਹ ਮੈਚ ਛੱਡ ਕੇ ਫਿਰ ਮੈਨੂੰ ਗਾਲਾਂ ਕੱਢਿਆ ਕਰਨਾ ਵੀ ਜੇ ਤੂੰ ਆ ਜਾਂਦਾ ਮੈਚ ਨਹੀਂ ਛੱਡਦੇ ਟੀਮ ਦਾ ਇੱਕ ਜਾਫੀ ਹੋਣਾ ਸੀਗਾ ਕਬੱਡੀ ਖੇਡ ਕੇ ਕਬੱਡੀ ਜਿੱਤ ਕੇ ਜਾਂ ਕਬੱਡੀ ਵਿੱਚ ਹਾਰੇ ਮੈਚ ਵੀ ਤੁਸੀਂ ਦੱਸਿਆ ਕਿ ਹਾਰਦੇ ਵੀ ਰਹੇ ਆਂ ਹਾਂਜੀ ਸੰਤੁਸ਼ਟੀ ਆ ਹਾਂਜੀ ਪੂਰੀ ਪੂਰੀ ਕਿਦੋਂ ਹਰ ਜਾਣਾ ਉਦੋਂ ਐ ਹੁੰਦਾ ਸੀਗਾ ਵੀ ਇਹ ਟੀਮ ਆਪਾਂ ਕਿਹੜਾ ਮੈਚ ਖਦੇ ਆ ਨਾ ਇਹ ਹਰੇ ਨਹੀਂ ਅਗਲੇ ਵੀ ਖੇਡਣ ਆਏ ਐ ਐ ਕਹੀ ਦੱਸ ਇਹ ਉਹ ਵੀ ਖੇਡਣ ਆਏ ਆ ਆਪਾਂ ਨਾ ਕਿ ਆਪਾਂ ਹੀ ਜਿੱਤਣ ਆਏ ਆ ਉਹ ਵੀ ਜਿਹਾ ਸਾਦੇ ਰੋਟੀ ਦਾ ਉਹ ਵੀ ਖਾਂਦੇ ਆ ਹਾਂਜੀ ਉਹਨਾਂ ਦੀਆਂ ਕਿਹੜਾ ਗੁਰਦੁਆਰੇ ਅਸੀਂ ਆਕਣਾ ਐ ਹੁੰਦਾ ਹੀ ਗਾ ਖੁਸ਼ ਹੁੰਦਾ ਹੀ ਮਨ ਖੁਸ਼ ਹੁੰਦਾ ਸੀ ਜੀ ਮਨ ਪੂਰਾ ਖੋਚ ਹੁੰਦਾ ਹੀ ਤੇ ਗਰਾਊਂਡ ਤੇ ਆਣ ਕੇ ਥੋੜਾ ਜਿਹਾ ਕੰਮ ਕਰਨਾ ਕਰ ਦਿੰਦੀ। ਇਹ ਹਰਨ ਦਾ ਕਾਰਨ ਇਹ ਹੀ ਆ ਵੀ ਆਪਾਂ ਇੱਥੇ ਪ੍ਰੈਕਟਿਸ ਢਿੱਲੀ ਲਈ। ਕਿੰਨੇ ਭਾਰ ਵਰਗ ਦੇ ਵਿੱਚ ਕਬੱਡੀ ਖੇਡਿਆ? ਓਪਨ ਜਨ ਕਿੰਨਾ ਭਾਰ ਹੁੰਦਾ ਸੀ ਤੇ ਕਿੰਨੀ ਹਾਈਟ ਦੇ ਵਿੱਚ ਕਬੱਡੀ ਖੇਡਿਆ? ਹਾਈਟ ਮੇਰੀ ਸੀਗੀ 5 ਫੁੱਟੋਂ ਕੋਈ 5 6 ਕ 7 ਇੰਚ ਜੀ ਤੇ ਭਾਰ ਮੇਰਾ ਬਾਹਰ ਤੋਂ 65 ਕਿਲੋ ਹੋ ਰਿਹਾ। ਓਪਨ ਖੇਡਣ ਸਮੇਂ। ਓਪਨ ਖੇਡਣ। ਵਧਿਆ ਨਹੀਂਗਾ ਬਾਅਦੋਂ। ਫਿਰ ਬਾਅਦ ਵਿੱਚ ਵਧੇਗਾ 65 ਤੋਂ 60 ਕੋਗੇ 60 8 ਤੋਂ ਨਗੇ ਜੀ 65 ਚ ਬਾਲੇ ਮੈਚ ਖੇਡਿਆ ਮੈਂ 65 ਕਿਲੋ ਦੇ weight ਚ ਕਿੰਨੇ ਕੋਕੂਪਨ ਦੇ ਮੈਚ ਕਿੰਨੇ 65 ਕਿਲੋ ਵਜਨ ਚ ਸੀ ਮੈਂ ਸੁਣਿਆ ਉਸ ਸਮੇਂ ਦੇ ਖਿਡਾਰੀ ਬਹੁਤ ਭਾਰੇ ਹੁੰਦੇ ਸੀ ਭਾਰੇ ਬਹੁਤ ਹੁੰਦੇ ਤੁਸੀਂ ਕਿਵੇਂ ਫੜ ਲੈਂਦੇ ਸੀ ਜਿਵੇਂ ਇੰਨਾ ਘੱਟ ਭਾਰ ਹੋਣ ਦੇ ਬਾਵਜੂਦ ਉਹ ਸਾਰਾ ਇਹ ਹੁੰਦਾ ਸੀ ਇਹ ਤਾਂ ਬੰਦਾ ਹੀ ਆ ਢਾ ਲਿਆ ਸਮਝੋ ਭਾਰੇ ਬੰਦੇ ਮਿਲ ਕੇ ਲੈਂਦੇ ਸੀ ਕਿਉਂਕਿ ਉਹ ਤੋਂ ਮੋੜ ਨਹੀਂ ਹੁੰਦਾ ਸੀ ਅਸੀਂ ਤੇਜ਼ ਸੀ ਮੈਂ ਬਾਹਾਂ ਝਾੜ ਕੇ ਲੱਤ ਫੜ ਕੇ ਕੈਂਚੀ ਲੂੰਗਾ ਹੁੰਦਾ ਉਹ ਦਾ ਬਹੁਤ ਪੜਾ ਕਿਉਂਕਿ ਜੇ ਇੱਕ ਲੱਤ ਬੰਦੇ ਉਹਦੀ ਖਾਲੀ ਐ ਤੇ ਮੇਰੇ ਹੱਥ ਦੋਨੋਂ ਖਾਲੀ ਐ ਜੀ ਜੋ ਲੱਤ ਲਾਂਗ ਪਰਦਾ ਉਹਦੀ ਲੱਤ ਫੜ ਕੇ ਐ ਖਿੱਚ ਲੈਣੀ ਉਹਨੂੰ ਫੇਰ ਦੇ ਕੇ ਪਰ ਤੇ ਤੁਸੀਂ ਕਬੱਡੀ ਚੋਂ ਨਾਮ ਕਮਾਇਆ ਕਿ ਪੈਸਾ ਕਮਾਇਆ ਨਹੀਂ ਨਾਮ ਕਮਾਇਆ ਪੈਸਾ ਨਹੀਂ ਕਮਾਇਆ ਹੁੰਦਾ ਵੀ ਘੱਟ ਸੀ ਹੁੰਦਾ ਵੀ ਘੱਟ ਸੀ ਪਰ ਪੈਸੇ dennੀ ਲਾਲਚੀ ਨਹੀਂ ਹੁੰਦਾ ਕਿਉਂ ਲਾਲਚ ਨਹੀਂ ਸੀ ਪੈਸੇ ਵਾਲਾ ਮੈਂ ਉਹਨੂੰ ਸ਼ੌਂਕ ਸੀ ਖੇਡਣ ਦਾ ਹੀ ਸ਼ੌਂਕ ਸੀ ਜੇ ਘਰੋਂ ਸੱਟ ਸੀਗੇ ਨਾ ਘਰੋਂ ਵੀ ਸੱਟ ਸੀ ਘਰੋਂ ਕੋਈ ਪ੍ਰਵਾਹ ਨਹੀਂ ਸੀ ਖਾਕ ਦੀ ਕੋਈ ਪ੍ਰਵਾਹ ਨਹੀਂ ਸੀ ਕੰਮ ਕਰਦਾ ਕੋਈ ਗਿਲਾ ਹੀ ਨਹੀਂ ਹੁੰਦਾ ਉਹਨਾਂ ਕਹਣਾ ਖੇਡੋ ਬਾ ਖੇਡਣਾ ਚਾਹੀਦੇ ਆ ਤੇ ਖੇਡਣੇ ਵੀ ਤਕੜੇ ਹੁਣ ਖੇਡਣਾ ਚਾਹੀਦੇ ਜੀ ਰੈਡੀ ਹੋਣਾ ਨੇ ਕਦੋਂ ਬ੍ਰਦਰਨ ਕਹਿ ਦੇਣਾ ਤੇ ਸਾਡਾ ਨੂੰ ਮੇਰੀ ਮਾਤਾ ਤੇ ਮੇਰੇ ਘਰ ਵਾਲੀ ਧਾਰਾਂ ਚੋਂ ਦੇ ਹੁੰਦੀਆਂ ਤੇ ਅੱਠ ਮੰਗਾਂ ਹੁੰਦੀਆਂ 10 ਹਾਂਜੀ 8 8 10 ਦਸ ਮਹੀਆਂ ਹਾਂਜੀ ਇੱਕ ਪਾਰਟੀ ਦੁੱਧ ਦੀ ਭਰ ਕੇ ਸਾਡੇ ਹਾਰੇ ਹੁੰਦੇ ਉਹਦੇ ਤੇ ਰੱਖ ਦੇਣੀ ਉਹਨੇ ਅਸੀਂ ਕਦੋਂ ਇੱਥੋਂ ਜਾਣਾ ਸਕੂਲ ਚੋਂ ਖੇਡ ਕੇ ਆਥੇ ਨੇ ਜਾ ਕੇ ਪਾਰਟੀ ਚੱਕਣੀ ਮੂੰਹ ਨੂੰ ਲੋਣੀ ਤੇ ਪੀ ਲੈਣਾ ਯਾਨੀ ਕਿ ਦੁੱਧ ਦਹੀਂ ਖੁੱਲੀਆਂ ਖਰਾਕਾਂ ਖਾਦੀਆਂ ਹੋਈਆਂ। ਵੱਧ ਵੱਧ ਉਸੇ ਵੱਧ। ਜੀ। ਤੇ ਤੁਹਾਡੇ ਪਿੰਡ ਦੇ ਟੋਟਲ ਕਿੰਨੇ ਚੋਟੀ ਦੇ ਖਿਡਾਰੀ ਹੋਏ? ਸਾਡੇ ਤਕਰੀਬਨ ਟੋਟਲ ਅਸੀਂ 10-10 ਜਾਨੇ ਹੋਗੇ। ਜ਼ਿਕਰ ਹੋ ਜਾ ਕਿਹੜੇ ਕਿਹੜੇ ਨਾਮ ਆ ਜੀ? ਪਹਿਲਾਂ ਅਸੀਂ ਅਸੀਂ 5 ਜਾਨੀ ਹੁੰਦੇ ਸੀ। ਡੀਪੀ ਸਾਹਿਬ ਚਰਨੀ ਸੁਖਾ ਨਿਮੀ ਬਾਬਾ ਤੇ ਹਾਕਮ। ਪਹਿਲੇ 2। ਜੀ। ਫਿਰ ਉਹ ਤੋਂ ਮੁੜ ਕੇ ਸਾਡੇ ਨਾਲ ਚੱਲ ਪਏ ਗਰਦੇਵ ਮੱਖਣ ਫਲੱਡ ਨਿੰਬੂ ਤੇ ਮਨਜੀਤ ਰਾਜਾ ਤੇ ਮਤਲਬ ਪਿੱਲਾ ਮੱਲੀ ਹੁੰਦਾ ਸੀ ਆਫਰੇ ਪਿੱਲਾ ਮੱਲੀ ਤੇ ਇੱਕ ਸਾਡੇ ਨਾਲ ਹੁੰਦਾ ਆਪਣੇ ਬੀਟ ਚ ਸੀ ਰਹਿੰਦੇ ਮਟਵਾਣੀ ਤੋਂ ਮੂਹਨ ਹੁੰਦਾ ਜੀ ਇਹ ਹੁੰਦਾ ਮੇਜਰ ਹੁੰਦਾ ਬਬਲੀ ਹੁੰਦਾ ਜਣੀ ਪੰਡਾ 16 ਦੋ ਟੀਮਾਂ ਦੇ ਪਲੇਅਰ ਪੂਰੇ ਹੋ ਗਏ ਸੀ ਜਨ ਕਿ ਚੋਟੀ ਦੀ ਕਬੱਡੀ ਖੜੇ ਸਾਰੇ ਮੈਂ ਦੁਆਰੇ ਜ਼ਿਕਰ ਕਰਾਂ ਮੈਂ ਕਹਿੰਦਾ ਵੇਰ ਕਿਸਾ ਨਾ ਰਹੇ ਉਸ ਤੋਂ ਤੋਂ 62 ਕਿਲੋ ਦੀ ਟੀਮ ਬਹੁਤ ਤਕੜੀ ਹੋਏ ਤੁਹਾਡੇ 62 ਕਿਲੋ ਦੀ ਟੀਮ ਦੀ ਸੁਣ ਲਓ ਸਾਡੇ ਉਦੋਂ 95 ਸੀ ਮੈਚ ਜੀ 95 ਜ ਮੈਚ ਤੇ ਫਾਈਨਲ ਮੈਚ ਸੀਗਾ ਤੇ 62 ਕਿਲੋ ਸਾਡੇ ਟੀਮ ਖੜੀ ਜਾਵੇ ਅ ਗਰਜ਼ੌਰ ਸਿੰਘ ਸੀਗਾ ਖੇਡਦਾ ਹੁੰਦਾ ਉਹ ਕੋੜੀ ਕਹਿੰਦੇ ਸੀ ਕਿ ਮ ਮਜ਼ਰ ਮੁੰਡਾ ਇੱਕ ਤੇ ਹੋਰ ਜਾਫੀ ਸੀ ਕਿ ਤੋਤੀ ਮਿਹਰਾ ਅੱਗੇ ਹੁੰਦੇ ਸੀ ਇਹ ਸਾਰੇ ਹਰੀ ਜਾਨ ਤੇ ਆਪਣਾ ਬੱbbi ਖੇਡਦਾ ਹੁੰਦਾ 52 ਕਿਲੋ ਇਹ 52 ਕਿਲੋ ਦਾ ਫਾਈਨਲ ਮੈਚ ਜਿੱਤ ਕੇ ਸੀ ਆਪ ਦਾ ਤੇ 프리 ਸੀ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਬੱbbi ਤੋਰ ਏਡਾਂ ਪਾ ਦੋ ਤੇ ਤੁਸੀਂ ਮੈਚ ਜਿੱਜੂ ਜੀ ਉਹ ਕਹਿੰਦੇ ਹੌਲਾ ਮੈਂ ਕਿਹਾ ਹੌਲੇ ਨੂੰ ਤੁਸੀਂ ਭਾਜੋ ਖਣਾ ਚੱਲਣ ਸੀ ਜੀ ਬੱbbi ਨੇ ਏਡਾਂ ਪਾ ਦੀਆਂ ਮੈਚ ਜਿੱਤ ਗਈ ਅਸੀਂ ਮੁੜ ਕੇ ਖੇਡੇ 40 ਸਾਲਾਂ ਮੈਚ ਇਹ ਸਾਡੇ ਪਿੰਡ ਹਾਂਜੀ ਮੈਂ ਰੈਡੀ ਸਾਡੀ ਟੀਮ ਦੀ ਲਾਲਾ ਹੀ ਸਾਡੇ ਨਾਲ ਚਲਵੰਡੀ ਭਾਈ ਆ ਹਾਂਜੀ ਤੇ ਜਾਣੀ ਦੀ ਸਾਡੀ ਸਾਡਾ ਮੈਚ ਹੋ ਗਿਆ ਲੁਧਿਆਣੇ ਵਾਲਿਆਂ ਨਾਲ ਇਹਨਾਂ ਨੇ ਨੈਸ਼ ਹੋਣਾ ਬਹੁਤ ਤਕੜਾ ਮੈਚ ਹੈ ਉਹ ਹੀ ਜਿੱਤ ਗਏ ਦੋਸਤੋ ਦੇਵੀਰ ਕਹਿੰਦਾ ਵੀ ਚੰਗਾ ਨਾਮ ਚਲੇਗਾ ਦੇਵੀ ਦੇਵੀ ਹੁਣੀ ਬਹੁਤ ਤਕੜੇ ਜਾਤੀ ਸੀ ਦੇਵੀ ਗੋਗਾ ਮੈਂ ਇੱਕ ਪੁੱਟੋ ਸੀ ਮੁੰਡਾ ਜੀ ਪ੍ਰੀਤਮ ਕੋਠਿਆਂ ਵਾਲਾ ਜੀ ਉਹਦੋਂ ਦੀ ਵੀ ਕਾਫੀ ਜ਼ਿਆਦਾ ਖੜਕਮਾ ਮੈਚ ਲੱਗਦਾ ਸੀ ਖੜਕਮਾ ਉਹਨਾਂ ਦੀ ਜੀ ਛੋਟੀ ਵੀ ਘੰਟੀਮਾਂ ਦੇ ਵਿੱਚ ਆਉਂਦੇ ਸੀ ਚਾਰ ਪੰਜ ਟੀਮਾਂ ਤਾਂ ਇੰਨੀਆਂ ਤਕੜੀਆਂ ਕਿਵੇਂ ਭੁਖਿਆਲੀ ਦੀ ਸੀ ਕੌਮਕਿਆਂ ਦੀ ਸੀ ਲੰਡਿਆਂ ਦੀ ਸੀ ਭੰਡਰਾਂ ਦੀ ਵੀ 60 ਕਿਲੋ ਤਕੜੀ ਸੀ ਜੀ ਉਹਨਾਂ ਟੀਮਾਂ 'ਚ ਨਾਮ ਹੁੰਦੇ ਨਾਮ ਸੇਵਾ ਟੀਮਾਂ ਦੇ ਵਿੱਚ ਤੇ ਤੁਹਾਡਾ ਬੇਟਾ ਅੱਜ ਕੱਲ ਕਿੱਥੇ ਰਹੇ ਰਿਹਾ ਜੀ ਉੱਥੇ ਕੈਨੇਡਾ ਬੱbbi ਪ੍ਰਮੋਟਰ ਦੀ ਗੱਲ ਕਰ ਰਹੇ ਹੋ ਹਾਂਜੀ 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 ਇਹਦਾ ਕਾਫੀ ਜਿਆਦਾ ਉੱਥੇ ਸਪੋਰਟ ਕਰਦਾ ਕਬੱਡੀ ਨੂੰ ਉਹਨਾਂ ਦੇ ਫਾਦਰ ਸਾਹਿਬ ਹੋ ਤੁਸੀਂ ਉਹਨਾਂ ਦੇ ਫਾਦਰ ਸਾਹਿਬ ਮੈਨੂੰ ਨਹੀਂ ਪਤਾ ਸੀਗਾ ਅੱਛਾ ਅੱਛਾ ਮੇਰੀ ਦੇਵੀ ਬਾਈ ਨਾਲ ਗੱਲ ਹੋਈ ਦੇਵੀ ਬਾਈ ਕਹਿੰਦਾ ਇੰਟਰਵਿਊ ਕਰਕੇ ਆਇਓ ਅੱਛਾ ਅੱਛਾ ਤੇ ਹੁਣ ਪਤਾ ਚੱਲਿਆ ਫਿਰ ਤਾਂ ਮੇਰਾ ਹੀ ਵੀਜ਼ਾ ਲਵਾ ਦਿਓ ਜੀ ਬਾਹਰ ਪੂਰ ਦਾ ਗੱਲਾਂ ਕੋਈ ਕਦੋਂ ਮਰਜ਼ੀ ਕਹੋ ਲਵਾ ਦਿੰਨੇ ਆਪਾਂ ਜਿਵੇਂ ਮਜ਼ਾਕ ਕਰੀਏ ਨਾ ਜਦੋਂ ਸਵਾਬ ਹੋ ਜਾਏ ਹਾਂਜੀ 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 ਕਦੋਂ ਮਰਜ਼ੀ ਕਹਿ ਦਿਓ ਬੱਬੀ ਨੇ ਪੇਪਰ ਭਾਦਣੇ ਸੱਤ ਲੈਣਾ ਜੀ ਤੇ ਤੁਸੀਂ ਵਿਦੇਸ਼ ਕਦੋਂ ਤੋਂ ਰਹਿ ਰਹੇ ਹੋ ਮੈਂ 2005 ਤੋਂ ਸਾਰਾ ਪਰਿਵਾਰ ਹੀ ਰਹਿ ਕੇ ਤੁਸੀਂ ਰਹ ਫਿਰ ਹੋ ਮੰਗੇ ਮੇਰੇ ਹਿਸਾਬ ਦੇ ਨਾਲ ਤਾਂ ਜੀ ਤਕਰੀਬਨ 30 30 ਪਿੰਚੀਪੂ ਜੀ ਉੱਥੇ ਉੱਥੇ ਪਿਆ ਫਿਰ ਤਾਂ ਪਿੰਡ ਹੀ ਵਸਾਈ ਬਿੜੋ ਸਿੱਧਾ ਐਂ ਕਹੋ ਸਾਰਾ ਪਿੰਡ ਹੀ ਸੱਦ ਲਿਆ ਉੱਥੇ ਹਾਂਜੀ ਅਸੀਂ ਪੰਜ ਭਰਾ ਜੀ ਦੋ ਪੈਣਾ ਸਾਰੇ ਪਰਵਾਰ ਸਾਡੇ ਸੱਤ ਦੇ ਸੱਤ ਉੱਥੇ ਜੀ ਕਿਸੇ ਦਾ ਕੋਈ ਨਹੀਂ ਇੱਥੇ ਇੰਡਕਾ ਵਿੱਚ ਇੱਥੇ ਕਿਹੜਾ ਮਾਰ ਨਹੀਂ ਆਉਂਦੀ ਫਿਰ ਤਾਂ ਖਾਲੀ ਪਿਆ ਚਵਾਰਾ ਨਹੀਂ ਖਿੜਕੀ ਖੜ ਖੜ ਕਰਦੀ ਆ ਖੜ ਖੜ ਕਰ ਕਰਦੀ ਆ ਸਾਰਾ ਕੋਈ ਛੱਡ ਗਏ ਉੱਥੇ ਬਾਹਰ ਹਾਂਜੀ ਜੀ ਕਿੰਨਾ ਕੁ ਮੋਹ ਹੁੰਦਾ ਪੰਜਾਬ ਦੇ ਨਾਲ ਪੰਜਾਬ ਦਾ ਮੋਹ ਬਹੁਤ ਆ ਮੈਂ ਤਾਂ ਐ ਹੁੰਨਾ ਵੀ ਕਿਵੇਂ ਉਥੋਂ ਬੰਦਾ ਕੈਦੀ ਜੇਲ੍ਹਖਾਨੇ ਚੋਂ ਛੁੱਟਦਾ ਤੇ ਆਇਆ ਭਾਈ ਤਾਂ ਨਾ ਘਰ ਨੂੰ ਮੈਂ ਤਾਂ ਉਥੋਂ ਕੈਨੇਡਾ ਤੋਂ ਆਇਆ ਹੁੰਦਾ ਵੀ ਪੰਜਾਬ ਚੱਲਣ ਜੀ ਇੰਡਿਕਾ ਚੱਲ ਕੇ ਆ ਹੁਣ ਤੂੰ ਹਿਸਾਬ ਲਾ ਲਓ ਵੀ ਹੁਣ ਮੈਂ ਪੂਰੀ ਗਰਮੀ ਚ ਆਇਆ 27 ਜੂਨ ਨੂੰ ਆਇਆ ਮੈਂ ਤੇ 2.5 ਮਹੀਨੇ ਹੋ ਗਏ ਮੈਨੂੰ ਮੈਨੂੰ ਹੁਣ ਉਥੋਂ ਪਹੁੰਚਦੇ ਗਰਮੀ ਕਿੰਨੀ ਕਾ ਗਰਮੀ ਵੱਧੂ ਐ ਮੈਂ ਕਿੰਨੀ ਕਹਿ ਲਓ ਉੰਨੀ ਐ ਤੇ ਫਿਰ ਐਸੀ ਉਸ ਮਨ ਨਾ ਆਪਾਂ ਨਹੀਂ ਇਸ ਲਾਉਣਾ ਪਾਵਾਂਗੇ ਕੂਲਰ ਤੇ ਮੂਰੇ ਪਾਵਾਂ ਜਾਂ ਪੱਖੇ ਮੂਰੇ ਪਾਵਾਂਗੇ ਗਰਮੀ ਤਾਂ ਚੋਨੇ ਆਪਾ ਬਾਕੀ ਇਹੋ ਜਿਹਾ ਮਾਹੌਲ ਨਹੀਂ ਮਿਲਦਾ ਜਿਵੇਂ ਅੱਜ ਇੱਥੇ ਬੈਠੇ ਆ ਪੂਰੀ ਮਹਿਫਲ ਲੱਗੀ ਹੋਈ ਹੈ ਮਹਿਫਲ ਲੱਗੀ ਹੁੰਦੀ ਹੈ ਜੀ ਤੇ ਜਣੀ ਜੀ ਆਏ ਆ ਵੀ ਬੰਦੇ ਨੂੰ ਮੂਹ ਖੱਚ ਕੇ ਲੈਂਦਾ ਜੀ ਚਲੋ ਮਿੱਟੀ ਨਾਲ ਜੁੜਿਆ ਰਹਿਣਾ ਚਾਹੀਦਾ ਬੰਦੇ ਨੂੰ ਮਿੱਟੀ ਆਪਣੀ ਮਿੱਟੀ ਨਹੀਂ ਭੁੱਲਣੀ ਚਾਹੀਦੀ ਜੀ ਤੇ ਆਪਣੇ ਕਾਫੀ ਜਿਹਾ ਗੱਲਾਂ ਬਾਤਾਂ ਹੋਈਆਂ ਲਾਸਟ ਸਵਾਲ ਮੇਰਾ ਇਹ ਆ ਕਿਹੜੇ ਰੀਡਰ ਜਾਫੀ ਦੇ ਮਰੀਦ ਰਹੇ ਆ ਤੁਸੀਂ ਜਿਨ੍ਹਾਂ ਦੀ ਤੁਹਾਨੂੰ ਗੇਮ ਵਧੀਆ ਲੱਗੀ ਕਿ ਰੀਡਰ ਤੇ ਕਿ ਜਾਫੀ ਉਹ ਕਿਹੜਾ ਸੀ ਜਿਸ ਦੀ ਗੇਮ ਤੁਹਾਨੂੰ ਬਹੁਤ ਪਿਆਰੀ ਲੱਗੀ ਆ ਗੇਮ ਮੈਨੂੰ ਸਿੱਧਾ ਸਿੱਧਾ ਜਿਉ ਉਹ ਸੇ ਵੀ ਅਲਗ ਉਹਦੀ ਗੇਮ ਨੂੰ ਬਹੁਤ ਵਧੀਆ ਲੱਗੀ ਦੇਸੀ ਜੱਟ ਆ ਤੇ ਗੇਮ ਇੰਨੀ ਤਕੜੀ ਸੀ ਪਿੰਡਰਾਂ ਵਾਲੇ ਸੀਦੇ ਉਹਨਾਂ ਨੂੰ ਡੀਪੀ ਨੂੰ ਵੀ ਤਕੜਾ ਕੇ ਦੇ ਜਨ ਬੜੀ ਬੜੀ ਵਦਗਾ ਗੇਮ ਸੀ ਜੀ ਤੇ ਮਤਲਬ ਕਿਵੇਂ ਆਪਾਂ ਜਾਫੀ ਲੈ ਲਓ ਜਾਫਗਾਂ ਦੇ ਵਿੱਚੋਂ ਮਤਲਬ ਸਾਡੇ ਟਾਈਮ ਦੇ ਕਿਹੜੇ ਜਾਫੀ ਸੀ ਸਾਡੇ ਕੋਕਰੀ ਵਾਲਾ ਦਰਸ਼ੀ ਹੁੰਦਾ ਬਹੁਤ ਵਧੀਆ ਜਮਾ ਹੀ ਨਹੀਂ ਅੱਕਣਾ ਸਕਣਾ ਇਹ ਨਿਕੋ ਉਸਮੇ ਦੀ ਪੁਰਾਣੀ ਚੋਟੀ ਦੇ ਸੀ ਉਹਨਾਂ ਦੇ ਮਰੀਜ਼ ਹੁੰਦੇ ਸੀ ਚੋਟੀ ਜੀ ਤੇ ਵੈਸੇ ਮੈਂ ਪੁੱਛਣਾ ਨਹੀਂ ਚਾਹੁੰਦਾ ਹਾਂ ਜੀ ਫਰੈਂਚ ਦਾੜੀ ਰੱਖੀ ਹੈ ਤੇ ਕਾਲੇ ਕਰਿਆ ਹੋਇਆ ਵਾਲ ਉਮਰ ਕਿੰਨੀ ਹੋ ਚੁੱਕੀ ਹੈ ਜੀ ਮੇਰੀ ਉਮਰ ਤਾਂ 70 ਸਾਲ ਦੀ ਹੋ ਗਈ ਲੱਗਦੇ ਨਹੀਂਗੇ ਹਾਂ ਜੀ ਕੀ ਕਾਰਨ ਐਨੀ ਫਿੱਟ ਸੇ ਹਾਂ ਬਸ ਪਾਣੀ ਪ੍ਰੈਕਟਿਸ ਤੇ ਮੁੜ ਕੇ ਵੀ ਪ੍ਰੈਕਟਿਸ ਨਹੀਂ ਛੱਡੀ ਤਕਰੀਬਨ ਕਦੀ ਜਾਂਦੀ ਆ ਥੋੜੀ-ਮੋਟੀ ਤੇ ਖਰਾ ਖਰੂਗ ਵਧੀਕਾ ਖਾਈਦੀ ਆ ਨਸ਼ੇ ਪੱਤੇ ਤੋਂ ਦੂਰ ਕੋਈ ਕਿਛਕ ਤਾਂ ਲਾ ਲਈਦਾ ਹਾਂ ਜੀ ਨਹੀਂ ਸਿੱਧੀ ਦਾ ਨਾ ਹੋ ਦੂਜੇ ਨਸ਼ੇ ਪੱਤੇ ਤੋ ਰਹਿਤਾ ਨਹੀਂ ਚੰਗੀ ਗੱਲ ਇਹ ਤਾਂ ਕੋਈ ਬਾਲੇ ਵੱਡੀ ਵੱਡੀ ਕਿਉਂ ਇਹ ਤਾਂ ਮਾੜੀ ਮੋਟੀ ਕੋਈ ਲਾਲੇ ਦਾ ਹਾਂਜੀ ਹਾਂਜੀ ਜੀ ਗਰਾਲੇ ਦੇ ਬੰਦਾ ਕਰੀ ਜਾਂਦਾ ਹੁਣ ਕਿਵੇਂ ਡੀਪੀ ਸਾਹਿਬ ਹੈ ਜੀ ਡੀਪੀ ਸਾਹਿਬ ਹੁਣ ਪੂਰੀ ਲਈ ਜਾਂਦੇ ਪ੍ਰੈਕਟਿਸ ਪੂਰੇ ਵੱਡੇ ਸੈੱਟ ਪਏ ਉਹਨਾਂ ਦਾ ਮੁਕਾਬਲਾ ਤਾਂ ਕੋਈ ਨਹੀਂਗਾ ਨਾ ਨਾ ਕੋਈ ਮੁਕਾਬਲਾ ਨਹੀਂ ਜੀ ਉਹ ਤਾਂ ਹੁਣ ਵੀ ਕਹਿੰਦੇ ਕਿ 30 25 25 30 ਮੁੰਡੇ ਇਕੱਠੇ ਕਰ ਦੋ ਪਿੰਡ ਦੇ ਮੈਂ ਹੁਣ ਲਵਾ ਦਿੰਨਾ ਪ੍ਰੈਕਟਿਸ ਹਾਂਜੀ ਪਰ ਇਕੱਠੇ ਨਹੀਂ ਹੁੰਦੇ ਨਾ ਇਕੱਠੇ ਨਹੀਂ ਹੁੰਦੇ ਜੀ ਮੈਂ ਪਿੰਡ ਵਾਲੇ ਮੁੰਡਿਆਂ ਨੂੰ ਕਿਹਾ ਸੀ ਅਸੀਂ ਮੈਂ ਕਿਹਾ ਵੀ ਲੱਖ ਰੁਪ ਜਾਉ ਕਰ ਉਪਰੇਕਟਸ ਜਾ ਕੇ ਨਹੀਂ ਖੁਸ਼ ਕੋਈ ਆ ਹੁਣ ਮੇਰੇ ਖਾਲ ਪੰਜ ਸੱਤ ਕ ਮੁੰਡੇ ਜਾਣ ਲੱਗੇ ਆ ਜੇ ਚੰਗੇ ਰਹਿਣਗੇ ਚਾਵਣਗੇ ਜੀ ਤੁਹਾਡੇ ਸਮੇਂ ਨਾਮ ਚ ਲੈ ਪਿੰਡ ਦੀ ਟੀਮ ਦਾ ਤੁਹਾਡੇ ਤੋਂ ਬਾਅਦ 62 ਦੀ ਵੀ ਟੀਮ ਓਪਨ ਦੀ ਵੀ ਟੀਮ ਦੋ ਦੋ ਟੀਮਾਂ ਬਣਣ ਲੱਗੀਆਂ ਅੱਜ ਉਸ ਤਰ੍ਹਾਂ ਦੀ ਟੀਮ ਬਣਦੀ ਹੈ ਕਿ ਨਹੀਂ ਪਿੰਡ ਦੀ ਮਹਿਸੂਸ ਹੁੰਦਾ ਕਦੇ ਬਹੁਤ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਕਦੇ ਕੋਹਲੀ ਜਿਹੜੇ ਨੂੰ ਕਬੱਡੀ ਕਰਕੇ ਵੀ ਜਾਣਿਆ ਗਿਆਗਾ ਇੱਥੋਂ ਤਾਂ ਹੀ ਆ ਜੀ ਕਿੱਥੇ ਤਾਂ ਕਹਿਣਾ ਵੀ ਚੜੱਕ ਦੀ ਟੀਮ ਆ ਗਈ ਤੇ ਹਰੇਕ ਨੇ ਟੀਮ ਨਹੀਂ ਸੀ ਪਾਉਂਦਾ ਇੰਟਰ ਕਰਾਉਂਦਾ ਹੁੰਦਾ ਵਿੱਚ ਚੜੱਕ ਡੀਪੀ ਆ ਗਏ ਚੜੱਕਲੇ ਆ ਗਏ ਤੇ ਕਿੱਥੇ ਹੁਣ ਆ ਦੀ ਟੀਮ ਚੜੱਕ ਦੀ ਜਾਵੇ ਤਾਂ ਕਹਿਣਗੇ ਯਾਰ ਸਵਾਦ ਆ ਗਿਆ ਮੈਚ ਚੜੱਕ ਨਾਲ ਹੀ ਲਾਈ ਤੇ ਕਿੱਥੇ ਡਰਦੇ ਹੁੰਦੇ ਕਹਿੰਦੇ ਹੁੰਦੇ ਯਾਰ ਚੜੱਕ ਨਾਲ ਨਹੀਂ ਖੇਡਣਾਗਾ ਉਹ ਤਾਂ ਬਸ ਸਮੇਂ-ਸਮੇਂ ਦੀਆਂ ਅਗਲਾ ਕਹਿੰਦਾ ਅੱਜ ਚੜੱਕ ਦੀ ਟੀਮ ਨੂੰ ਹਰਾ ਦਿਆਂਗੇ ਹਾਂਜੀ ਹੁਣ ਕਦੋਂ ਜਾਂਦੇ ਆ ਹਰਕੇ ਆਉਂਦੇ ਆ ਮੈਂ ਤਾਂ ਮੈਚ ਕੋਈ ਜਿੱਤੇ ਵੇਖਿਆ ਨਹੀਂ ਮੇਰੇ ਸਾਹਮਣਾਂ ਤਾਂ ਹੋਣ ਵਾਲੀ ਟੀਮ ਕਿਹੜੀ ਸੀ ਸਾਡੀ ਚਲੋ ਅਸੀਂ ਮਨਮਨੋ ਕਾਮਨਾ ਕਰਦੇ ਆ ਮਿਹਨਤ ਕਰਨ ਸਾਡੇ ਪਿੰਡ ਦੇ ਮੁੰਡੇ ਤੁਹਾਡੀ ਦਾ ਨਾਮ ਕਮਾਉਣ ਹਾਂਜੀ ਜੀ ਮਾਬੇ ਖਾਲਸਾ ਦੀ ਕਿਰਪਾ ਦੇ ਨਾਲ ਅਸੀਂ ਪਿੰਡ ਟੂਰਨਾਮੈਂਟ ਕੋਈ ਨਹੀਂ ਖੇੜੀ ਤਿੰਨ ਚੱਕਰ ਖੇੜੀ ਆਈ ਕਿੜੇ ਜੀ 7-8 ਟੂਰਨਾਮੈਂਟ ਖੇਡੇ ਆਂ ਆਪਣੇ ਪਿੰਡ ਦੇ ਅਸੀਂ ਕੋਈ ਨਹੀਂ ਜੀ ਤੇ ਜਾਂਦੇ ਜਾਂਦੇ ਸੰਦੇਸ਼ ਕੀ ਦੇਣਾ ਚਾਹੁੰਦੇ ਹਾਂ ਜੋ ਦਰਸ਼ਕ ਵੀ ਰੀਡੀਪੀਡੀ ਟੈਲੀਵਿਜ਼ਨ ਦੇ ਵਿੱਚ ਤੁਹਾਡਾ ਪ੍ਰੋਗਰਾਮ ਦੇਖ ਰਹੇ ਆ ਜੀ ਮੈਂ ਦਰਸ਼ਕਾਂ ਨੂੰ ਇਹੀ ਤੇ 플레이ਰਾਂ ਨੂੰ ਇਹੀ ਮੈਸੇਜ ਦਿੰਨਾ ਵੀ ਚੰਗੀ ਸਿਹਤ ਬਣਾ ਕੇ ਖੇਡੋ ਨਸ਼ੇ ਪੱਤਿਆਂ ਤੋਂ ਦੂਰ ਰਹੋ ਗੇਮ ਤਾਂ ਗੇਮ ਹੀ ਕਿਹੜਾ ਗੇਮ ਦੇ ਨਾਲ ਨਾਮ ਬਣਨਾ ਹੋਰ ਕਿਸੇ ਕੰਮ ਦੇ ਕਰਕੇ ਜਾਂ ਗੱਲ ਦੇ ਵਿੱਚ ਆ ਕੇ ਨਾਮ ਬਣਦਾ ਯਾਦ ਕਰਦੇ ਆ ਲੋਕ ਸਾਨੂੰ ਤਕਰੀਬਨ ਸਾਡੀ 70 70 ਸਾਲ ਹੋ ਗਈ ਉਮਰ ਖੇਡਣੋਂ ਹਟਿਆ ਨੂੰ ਵੀ ਸਾਨੂੰ ਮੇਰਾ ਖਿਆਲ ਹੈ ਵੀ 15 16 ਨਾਲ 20 ਵੀ ਚਾਲ ਹੋ ਗਏ ਲੋਕ ਹਜੇ ਵੀ ਗੱਲਾਂ ਕਰਦੇ ਕਦੋਂ ਕਿਤੇ ਇੱਥੇ ਇੰਡਗਾ ਆਉਣੇ ਆ ਜਦ ਦੂਜੇ ਬੰਦੇ ਵੀ ਮਿਲਦੇ ਆ ਉਹਨਾਂ ਦੀਆਂ ਗੱਲਾਂ ਹੁੰਦੀਆਂ ਫਲਾਣਾ ਯਾਰ ਆਇਆ ਖੇਡਦਾ ਉਹ ਫਲਾਣਾ ਆਇਆ ਸਾਡਾ ਹਾਕਮ ਸੀ ਉਹਦੇ ਨਾਲ ਫਿਰ ਕੈਨੇਡਾ 'ਚ ਵੀ ਗੱਲਾਂ ਜਾਨਕੀ ਚੰਗੀ ਖੇਡ ਖੇਡੀ ਕਰਕੇ ਗੱਲਾਂ ਹੁੰਦੀਆਂ ਚੰਗੀ ਖੇਡ ਖੇਡੀ ਜੀ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਖੁਸ਼ਦਿਲ ਖੁਸ਼ੀ ਹੋਈ ਸਾਨੂੰ ਵੀ ਗੱਲਬਾਤ ਕਰਕੇ ਇੱਕ ਹਾਂਜੀ ਹਾਂਜੀ ਤੇ ਬਹੁਤ ਬਹੁਤ ਸ਼ੁਕਰੀਆ ਸਾਡੀ ਟੀਮ ਦੇ ਲਈ ਟਾਈਮ ਬੜਾ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਅੱਜ ਗੱਲਬਾਤ ਕਰੀ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਜਾਫੀ ਚਰਨੀ ਚੜੱਕੀ ਦੇ ਨਾਲ ਜਿਨ੍ਹਾਂ ਨੇ ਸੋਹਣੀ ਕਬੱਡੀ ਖੇਡੀ ਆ ਆਪਣੇ ਸਮੇਂ ਦੇ ਵਿੱਚ ਮੱਖਣ ਡੀਪੀ ਦੀ ਟੀਮ ਵੱਲੋਂ ਮੱਖਣ ਡੀਪੀ ਦੇ ਮੇਨ ਜਾਫੀਆਂ ਦੇ ਵਿੱਚੋਂ ਜਾਫੀ ਸਨ ਤੇ ਜਿਨ੍ਹਾਂ ਦਾ ਸੋਹਣਾ ਨਾਮ ਚੱਲਿਆ ਆਪਣੇ ਸਮੇਂ ਤੇ ਅੱਜ ਉਹਨਾਂ ਨਾਲ ਗੱਲਬਾਤ ਕਰੀ ਹੋਈ ਦਰਸ਼ਕ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਗਲੀ ਵਾਰ ਕਿਸੇ ਹੋਰ ਕਬੱਡੀ ਦੀ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਣੇ ਆ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਪਿਆਰ ਪ੍ਰੀ 사치리카.